ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੇ ਆਂਤਰਿਕ ਸ਼ਕਤੀਆਂ ਦਾ ਜਿਨ੍ਹਾਂ ਨੇ ਅਧਿਐਨ ਕੀਤਾ ਹੈ, ਉਹ ਇਸ ਨਤੀਜੇ ਤੇ ਪਹੁੰਚੇ ਨੇ ਕਿ ਮਨੁੱਖ ਦੇ ਅੰਦਰ ਇੱਕ ਬੜੀ ਪ੍ਰਬਲ ਚਾਹਤ ਹੈ ਪੂਰਨ ਹੋਣ ਦੀ। ਇਹ ਜੋ ਪੂਰਨ ਹੋਣ ਦੀ ਚਾਹਤ ਹੈ, ਇਸ ਤੋਂ ਇਹ ਗੱਲ ਵੀ ਸਪਸ਼ਟ ਹੋ ਗਈ ਕਿ ਇਹ ਅਧੂਰਾ ਹੈ, ਔਰ ਅਧੂਰਾ ਬੋਝ ਹੈ, ਅਧੂਰਾ ਤਣਾਅ ਹੈ, ਅਧੂਰਾ ਭਾਰ ਹੈ। ਅਸੀਂ ਦੇਖਦੇ ਹਾਂ ਅਧੂਰੀ ਕਵਿਤਾ ਕਾਬਲੇ ਸੁਨੀਦ ਨਹੀਂ ਹੈ, ਅਧੂਰਾ ਚਿੱਤਰ ਤਸਵੀਰ ਕਾਬਲੇ ਦੀਦ ਨਹੀਂ ਹੈ, ਅਧੂਰਾ ਬਣਿਆ ਹੋਇਆ ਮਕਾਨ ਕਾਬਲੇ ਰਿਹਾਇਸ਼ ਨਹੀਂ ਹੈ, ਅੱਧ ਪੱਕਾ ਕੱਚਾ ਭੋਜਨ ਜਿਸਨੂੰ ਅਸੀਂ ਅਧੂਰਾ ਭੋਜਨ ਕਹਿੰਦੇ ਹਾਂ, ਉਹ ਖਾਣ ਦੇ ਲਾਇਕ ਨਹੀਂ ਹੈ। ਵਰਸ ਕੇ ਕੁਛ ਵੀ ਜੋ ਅਧੂਰਾ ਹੈ ਉਹ ਵਰਤੋਂ ਵਿੱਚ ਨਹੀਂ ਆਏਗਾ। ਅਗਰ ਮਨੁੱਖ ਵੀ ਅਧੂਰਾ ਹੈ ਤਾਂ ਉਹ ਆਪਣੇ ਆਪ ਵਿੱਚ ਬੋਝ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦ ਮਨੁੱਖਤਾ ਤੇ ਨਿਗਾਹ ਮਾਰੀ ਤਾਂ ਆਪ ਨੂੰ ਮਨੁੱਖ ਅਧੂਰਾ ਦਿਖਾਈ ਦਿੱਤਾ। ਮਨੁੱਖ ਨੂੰ ਸੰਪੂਰਨ ਕਰਨਾ ਸੀ, ਮੁਕੰਮਲ ਕਰਨਾ ਸੀ, ਪੂਰਨ ਪੁਰਖ ਬਣਾਉਣਾ ਸੀ। ਇੱਕ ਲੰਬੀ ਯਾਤਰਾ ਤੋਂ ਮਨੁੱਖ ਨੂੰ ਲੰਘਾਉਣਾ ਪਿਆ, ਔਰ ਇਹ ਯਾਤਰਾ 250 ਸਾਲ ਦੀ ਹੈ। ਮਨੁੱਖ ਨੂੰ ਪੂਰਨ ਹੋਣ ਵਿੱਚ 250 ਸਾਲ ਲਗਾਉਣੇ ਪਏ। ਪੂਰਨ ਪੁਰਖ ਦਾ ਖਾਕਾ ਚਿਤਰਿਆ ਗੁਰੂ ਨਾਨਕ ਨੇ। ਗੁਰੂ ਨਾਨਕ ਦੇ ਬਾਕੀ ਸਰੂਪ, ਬਾਕੀ ਪਾਤਸ਼ਾਹੀਆਂ ਨੇ ਉਸ ਖਾਕੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗ ਭਰੇ। ਜੈਸੇ ਵਿਰੋਧੀ ਰੰਗਾਂ ਨਾਲ ਹੀ ਤਸਵੀਰ ਚੰਗੀ ਲੱਗਦੀ ਹੈ। ਸੰਗੀਤ ਦੀ ਉਤਪਤੀ ਵਿਰੋਧੀ ਸੁਰਾਂ ਤੋਂ ਹੈ। ਇੱਕ ਸੁਰ ਵਿੱਚ ਕਿਸੇ ਸੰਗੀਤ ਦਾ ਜਨਮ ਨਹੀਂ ਹੋ ਸਕਦਾ, ਇੱਕ ਰੰਗ ਵਿੱਚ ਕਿਸੇ ਚੰਗੀ ਤਸਵੀਰ ਦਾ ਜਨਮ ਨਹੀਂ ਹੋ ਸਕਦਾ। ਵਿਰੋਧੀ ਰੰਗ ਗੁਰੂ ਨਾਨਕ ਦੀ ਚੇਤਨਾ ਨੇ ਉਸ ਮੁਜਸਮੇ ਚ ਭਰੇ, ਉਸ ਖਾਕੇ ਚ ਭਰੇ ਜਿਸ ਦਾ ਨਾਂ ਰੱਖਿਆ ਪੂਰਨ ਪੁਰਖ। ਗੁਰੂ ਨਾਨਕ ਨੇ ਇਹ ਜਿਹੜਾ ਖਾਕਾ ਚਿਤਰਿਆ ਬੜੀ ਮਿਹਨਤ ਨਾਲ, ਉਹਦੇ ਚ ਗੁਰੂ ਨਾਨਕ ਦੇ ਦੂਸਰੇ ਸਰੂਪ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਹੁਕਮ ਮੰਨਣ ਦਾ ਰੰਗ ਭਰਿਆ। ਅਗਰ ਮਨੁੱਖ ਦੇ ਸਿਰਫ ਹੁਕਮ ਕਰਨਾ ਹੀ ਇਹੀ ਹੈ, ਹੁਕਮ ਮੰਨਣਾ ਨਹੀਂ ਤਾਂ ਅਧੂਰਾ ਹੈ। ਔਰ ਸਤਿਗੁਰ ਦੀ ਬਾਣੀ ਤੇ ਐਸਾ ਕਹਿੰਦੇ ਕਿ ਜਿਸ ਨੂੰ ਹੁਕਮੀ ਦੇ ਹੁਕਮ ਮੰਨਣ ਦੀ ਜਾਚ ਆ ਗਈ ਉਸਨੂੰ ਹੀ ਹੁਕਮ ਕਰਨ ਦੀ ਜਾਚ ਆਉਂਦੀ ਹੈ, ਔਰ ਜਿਸਨੇ ਹੁਕਮੀ ਦਾ ਹੁਕਮ ਮੰਨ ਲਿਆ ਉਸਦਾ ਹੁਕਮ ਕਦੀ ਵਿਅਰਥ ਵੀ ਨਹੀਂ ਜਾਂਦਾ, ਚੱਲਦਾ ਹੈ, ਲੋਕਾਂ ਨੂੰ ਮੰਨਣਾ ਪੈਂਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰੀਖਿਆ ਲੈਣੀ ਚਾਹੀ। ਅੱਜ ਕਰਤਾਰਪੁਰ ਦੀ ਗੱਲ, ਬੜਾ ਭਾਰੀ ਇਕੱਠ, ਇਸ ਇਕੱਠ ਨੂੰ ਵੇਖ ਕੇ ਗੁਰੂ ਨਾਨਕ ਗਦਗਦ ਹੋਏ, ਔਰ ਸਭ ਤੋਂ ਪਿੱਛੇ ਬੈਠੇ ਬਾਬਾ ਸ੍ਰੀ ਚੰਦ ਨੂੰ ਆਵਾਜ਼ ਮਾਰੀ, ਬੇਟਾ ਬਹੁਤ ਸੰਗਤ ਆਈ ਹੈ। ਹਾਂ ਗੁਰਦੇਵ ਪਿਤਾ, ਬਹੁਤ ਸੰਗਤ ਆਈ ਹੈ, ਮੇਰੀ ਇੱਛਾ ਹੈ ਸਭ ਨੂੰ ਮਿਠਾਈ ਛਕਾਈ ਜਾਏ। ਮਹਾਰਾਜ
ਇਤਨੀ ਛੇਤੀ ਮਿਠਾਈ, ਲੰਗਰ ਦਾ ਹੀ ਇੰਤਜ਼ਾਮ ਹੋ ਸਕੇ, ਇਹੀ ਕਾਫੀ ਹੈ, ਸਾਰਿਆਂ ਨੂੰ ਮਿਠਾਈ ਕਿੱਥੇ? ਤੂੰ ਇਸ ਤਰ੍ਹਾਂ ਕਰ, ਸਾਹਮਣੇ ਜਿਹੜਾ ਜੰਡ ਦਾ ਦਰਖਤ ਵੇਖ ਰਹੇ, ਇਸ ਤੇ ਚੜ ਜਾ, ਔਰ ਚੜ ਕੇ ਤੂੰ ਜ਼ੋਰ ਦੇ ਨਾਲ ਇਸ ਦਰਖਤ ਨੂੰ ਝੂਣ, ਹਿਲਾ, ਥੱਲੇ ਮਿਠਾਈ ਟਪਕੇਗੀ, ਆਪਾਂ ਸੰਗਤਾਂ ਵਿੱਚ ਵੰਡਣੀ ਹੈ, ਕਰ ਐਸਾ। ਸ੍ਰੀ ਚੰਦ ਹੱਥ ਜੋੜ ਕੇ ਕਹਿੰਦਾ, ਗੁਰਦੇਵ ਪਿਤਾ, ਆਪ ਦੀ ਉਮਰ ਵਡੇਰੀ ਹੋ ਗਈ, ਅਨਹੋਣੀਆਂ ਗੱਲਾਂ ਕਰਦੇ ਹੋ, ਦਰਖਤਾਂ ਤੋਂ ਮਿਠਾਈ ਤੇ ਦਰਖਤ ਵੀ ਜੰਡ ਦਾ, ਜਿਹਨੂੰ ਕੋਈ ਚੰਗਾ ਫਲ ਵੀ ਨਹੀਂ ਲੱਗਦਾ। ਗੁਰੂ ਨਾਨਕ ਨੇ ਆਪਣੇ ਦੂਜੇ ਸਾਹਿਬਜ਼ਾਦੇ ਲਖਮੀ ਦਾਸ ਨੂੰ ਬੁਲਾਇਆ, ਆਖਿਆ, ਬੇਟਾ ਤੂੰ ਚੱਲ ਜਾ। ਉਹਨਾਂ ਨੇ ਵੀ ਦਸਤ ਬਸਤਾ ਇਹੀ ਆਖਿਆ, ਵੱਡੇ ਭਰਾਤਾ ਠੀਕ ਕਹਿੰਦੇ ਨੇ, ਦਰਖਤਾਂ ਤੋਂ ਮਿਠਾਈ ਨਹੀਂ ਟਪਕਦੀ, ਆਪ ਦੀ ਉਮਰ ਵਡੇਰੀ ਹੋ ਗਈ ਹੈ, ਅਨਹੋਣੀਆਂ ਗੱਲਾਂ ਕਰਨ ਲੱਗ ਪਏ ਹੋ। ਤੇ ਗੁਰੂ ਨਾਨਕ ਨੇ ਸੰਗਤ ਵਿੱਚੋਂ ਸਭ ਤੋਂ ਅਖੀਰ ਵਿੱਚ ਬੈਠੇ ਭਾਈ ਲਹਿਣੇ ਨੂੰ ਇਸ਼ਾਰਾ ਕੀਤਾ, ਭਜਿਆ ਆਇਆ, ਆਖਿਆ, ਚੜ ਗਿਆ ਦਰਖਤ ਤੇ, ਹਿਲਾ ਇਸ ਦਰਖਤ ਨੂੰ, ਔਰ ਮਿਠਾਈਆਂ ਵੰਡਣੀਆਂ ਨੇ। ਚੜਨ ਲੱਗਾ ਦਰਖਤ ਤੇ, ਰੋਕਿਆ ਸ੍ਰੀ ਚੰਦ ਨੇ, ਆਖਿਆ, ਲੈਣਾ ਜੀ, ਦਰਖਤਾਂ ਤੋਂ ਮਿਠਾਈ ਨਹੀਂ ਟਪਕਦੀ, ਲੋਕੀ ਹਾਸਾ ਕਰਨਗੇ। ਪਰ ਲੈਣਾ ਜੀ ਕਹਿਣ ਲੱਗੇ, ਬਾਬਾ ਜੀ, ਜੰਡ ਨਾਲੋਂ ਮਿਠਾਈ ਟਪਕੇ ਜਾਂ ਨਾ ਟਪਕੇ ਸਾਡਾ ਕੋਈ ਮੁੱਦਾ ਨਹੀਂ, ਅਸੀਂ ਤੇ ਗੁਰੂ ਦਾ ਹੁਕਮ ਮੰਨਣਾ। ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਗੁਰਦੁਆਰਾ, ਗੁਰੂ ਅਸਥਾਨ, ਗੁਰੂ ਦਾ ਦਰ ਕੇਵਲ ਹੁਕਮ ਮੰਨਣ ਲਈ ਹੈ, ਗੁਰੂ ਦਾ ਹੁਕਮ ਮੰਨਣਾ। ਬਸ ਉਸਨੇ ਗੁਰਦੁਆਰੇ ਚ ਜਾਣ ਦੀ ਜਾਚ ਆਈ, ਬੈਠਣ ਦੀ ਜਾਚ ਆਈ, ਜਿਸਨੇ ਹੁਕਮ ਮੰਨਿਆ। ਇੱਕ ਹੋਰ ਉਦਾਹਰਣ ਜੋ ਜਨਮ ਸਾਖੀ ਵਿੱਚ ਬੜੇ ਸੋਹਣੇ ਅੱਖਰਾਂ ਵਿੱਚ ਦਰਜ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਆ ਰਹੇ ਨੇ, ਆਪ ਦੇ ਹੱਥ ਵਿੱਚ ਬੜਾ ਖੂਬਸੂਰਤ ਲੋਟਾ ਹੈ, ਆਪ ਨੇ ਇੱਕ ਐਸੇ ਸਰੋਵਰ ਵਿੱਚ ਸੁੱਟ ਦਿੱਤਾ ਜਿਸ ਵਿੱਚ ਪਾਣੀ ਤੇ ਘੱਟ ਸੀ, ਚਿੱਕੜ ਜ਼ਿਆਦਾ ਸੀ। ਨਾਲ ਸੰਗਤਾਂ ਆ ਰਹੀਆਂ ਨੇ, ਆਪ ਸ੍ਰੀ ਚੰਦ ਨੂੰ ਕਹਿੰਦੇ ਨੇ, ਇਹ ਲੋਟਾ ਕੱਢ ਕੇ ਲਿਆਓ। ਤੇ ਸ੍ਰੀ ਚੰਦ ਕਹਿੰਦਾ, ਬਾਬਾ ਜੇ ਕੱਢ ਕੇ ਲੈਣਾ, ਸੁੱਟਿਆ ਕਿਉਂ? ਆਖਿਰ ਸੁੱਟਣ ਦਾ ਕੀ ਮੁੱਦਾ? ਅਨਹੋਣੀਆਂ ਖੇਡਾਂ ਨੇ ਤੁਹਾਡੀਆਂ, ਇੱਕ ਪਾਸੇ ਹੋ ਗਿਆ। ਫਿਰ ਸਤਿਗੁਰਾਂ ਨੇ ਲਖਮੀ ਦਾਸ ਨੂੰ ਕਿਹਾ, ਇਹ ਲੋਟਾ ਕੱਢ ਕੇ ਲਿਆ। ਮਹਾਰਾਜ, ਅਸੀਂ ਤੁਹਾਡੇ ਸਾਹਿਬਜ਼ਾਦੇ ਹਾਂ, ਇਸ ਚਿੱਕੜ ਆਲੂਦ ਸਰੋਵਰ ਵਿੱਚ ਗਏ ਤਾਂ ਕੱਪੜੇ ਗੰਦੇ ਹੋ ਜਾਣਗੇ, ਚਿੱਕੜ ਆਲੂਦ ਹੋ ਜਾਣਗੇ। ਇਹ ਸੱਚਾਈ ਹੈ ਕਿ ਕਿਸੇ ਨੂੰ ਚਿੱਕੜ ਵਿੱਚੋਂ ਕੱਢਣਾ ਹੋਵੇ ਤਾਂ ਚਿੱਕੜ ਦੇ ਛਿੱਟੇ ਤੇ ਲੱਗਣਗੇ, ਕਿਸੇ ਨੂੰ ਬਲਦੀ ਹੋਈ ਅੱਗ ਵਿੱਚੋਂ ਕੱਢਣਾ ਹੈ ਤਾਂ ਸੇਕ ਤੋਂ ਲੱਗੇਗਾ। ਪਰ ਉਪਕਾਰ ਬੱਚਿਆਂ ਦੀ ਖੇਡ ਨਹੀਂ ਹੈ। ਜੋ ਜਲਣ ਤੋਂ ਡਰਦਾ ਹੈ ਕਿਸੇ ਨੂੰ ਬਲਦੀ ਅੱਗ ਵਿੱਚ ਨਹੀਂ ਕੱਢ ਸਕੇਗਾ, ਜੋ ਗੰਦਗੀ ਤੋਂ ਡਰਦਾ ਹੈ ਉਹ ਕਿਸੇ ਨੂੰ ਗੰਦ ਵਿੱਚੋਂ ਨਹੀਂ ਕੱਢ ਸਕੇਗਾ, ਜੋ ਪੀੜਾ ਤੋਂ ਡਰਦਾ ਹੈ, ਪੀੜਤ ਹੋਣ ਤੋਂ ਡਰਦਾ ਹੈ, ਉਹ ਕਿਸੇ ਨੂੰ ਪੀੜਾ ਵਿੱਚੋਂ ਨਹੀਂ ਕੱਢ ਸਕੇਗਾ। ਮਹਾਰਾਜ, ਅਸੀਂ ਸਾਹਿਬਜ਼ਾਦੇ, ਆਪ ਕਿਸੇ ਨੌਕਰ ਚਾਕਰ ਨੂੰ ਆਖੋ, ਸੇਵਕ ਨੂੰ ਆਖੋ। ਸਤਿਗੁਰਾਂ ਨੇ ਹੁਣ ਲਹਿਣੇ ਦੀ ਤਰਫ ਇਸ਼ਾਰਾ ਕੀਤਾ, ਵੀ ਤੂੰ ਕੱਢ ਲਿਆ, ਭਜਿਆ ਆ ਗਿਆ, ਗੋਡੇ ਗੋਡੇ ਚਿੱਕੜ, ਸਾਰੇ ਕੱਪੜੇ ਚਿੱਕੜ ਆਲੂਦ ਹੋ ਗਏ, ਲੋਕਾਂ ਕੱਢ ਕੇ ਲਿਆ ਰਿਹਾ,
ਇਸ ਚਿੱਕੜ ਦੇ ਨਾਲ ਲਿਬੜੇ ਹੋਏ ਲਹਿਣੇ ਨੂੰ। ਗੁਰੂ ਨਾਨਕ ਨੇ ਗਲਵਕੜੀ ਚ ਲੈ ਲਿਆ, ਆਖਿਆ ਤੂੰ ਲੋਟੇ ਨੂੰ ਚਿੱਕੜ ਵਿੱਚੋਂ ਨਹੀਂ ਕੱਢਿਆ, ਸਾਰੀ ਮਖਲੂਕ ਨੂੰ ਚਿੱਕੜ ਵਿੱਚੋਂ ਕੱਢਿਆ, ਸਾਰੇ ਜਗਤ ਨੂੰ ਚਿੱਕੜ ਵਿੱਚੋਂ ਕੱਢਿਆ। ਜਗਤ ਦੇਖੇਗਾ ਤੂੰ ਮੇਰੇ ਸਿੰਘਾਸਣ ਤੇ ਹੋਵੇਗਾ, ਮੇਰਾ ਮਸਤਕ ਤੇਰੇ ਕਦਮਾਂ ਤੇ ਹੋਵੇਗਾ। ਲਹਿਣੇ ਦੀ ਫਿਰਾਈਨ ਨਾਨਕਾ ਦੋਹੀ ਖੱਟੀਏ। ਕੱਲ ਤੱਕ ਐਸਾ ਸੀ ਕਿ ਲਹਿਣਾ ਪਏ ਪਰਿਕਰਮਾ ਕਰਦੇ ਸਨ, ਲਹਿਣਾ ਪਏ ਸਜਦਾ ਕਰਦੇ ਸਨ। ਅੱਜ ਪਰਿਕਰਮਾ ਗੁਰੂ ਨਾਨਕ ਕਰ ਰਹੇ ਨੇ, ਅੱਜ ਸਜਦਾ ਵੀ ਗੁਰੂ ਨਾਨਕ ਹੀ ਕਰ ਰਹੇ ਨੇ। ਕਿਉਂ? ਕਿ ਹੁਕਮ ਮੰਨਣ ਵਾਲਾ ਇਤਨਾ ਬੁਲੰਦ ਹੋ ਗਿਆ ਕਿ ਹੁਣ ਹੁਕਮ ਉਸਦਾ ਚੱਲਦਾ, ਹੁਕਮ ਚਲਾਉਣ ਵਾਲਾ ਹੋ ਗਿਆ। ਔਰ ਜੋ ਸੱਚ ਦਾ ਹੁਕਮ ਮੰਨ ਲੈਂਦਾ ਉਹਦੇ ਹੁਕਮ ਦੇ ਅੰਦਰ ਇਤਨੀ ਸੱਚਾਈ ਆਉਂਦੀ ਹੈ, ਫਿਰ ਉਹ ਸੱਚ ਦਾ ਹੁਕਮ ਕਰਦਾ। ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਫੈਸਲਾ ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ ਗੁਰੂ ਨਾਨਕ ਦੀ ਦੂਸਰੀ ਜੋਤ ਨੇ। ਉਹ ਜੋ ਪੂਰਨ ਪੁਰਖ ਦਾ ਖਾਕਾ ਚਿਤਰਿਆ ਸੀ ਉਸ ਦੇ ਵਿੱਚ ਹੁਕਮ ਮੰਨਣ ਦਾ ਰੰਗ ਭਰਿਆ। ਗੁਰੂ ਅਮਰਦਾਸ ਗੁਰੂ ਨਾਨਕ ਦੀ ਤੀਸਰੀ ਜੋਤ, ਗੁਰੂ ਅਮਰਦਾਸ ਆਪਨੇ ਕਿਹੜਾ ਰੰਗ ਭਰਿਆ? ਆਪ ਦੀ ਦੇਣ ਕੀ? ਜਗਤ ਦੇ ਜਿਤਨਾ ਵਹਿਮ ਪ੍ਰਮਾਦ ਸੀ, ਭਰਮ ਭ੍ਰਾਂਤੀ ਸੀ, ਜਾਤ ਪਾਤ ਸੀ, ਛੂਆ ਛਾਤ ਸੀ, ਇਹ ਸਭ ਕੱਢ ਕੇ ਪਰੇ ਸੁੱਟਿਆ। ਆਪ ਦੀ ਦੇਣ ਤਸਵੀਰ ਇਤਨੀ ਸਾਫ ਸੁਥਰੀ ਚਾਹੀਦੀ ਹੈ, ਇਹਦੇ ਚ ਕੋਈ ਜਾਤ ਪਾਤ ਦੀ ਮੈਲ ਨਹੀਂ ਚਾਹੀਦੀ, ਇਸਦੇ ਚ ਕੋਈ ਵਰਨ ਬੇਖ ਦੀ ਮੈਲ ਨਹੀਂ ਚਾਹੀਦੀ। ਪੰਗਤ ਦੇ ਚ ਚਾਰੇ ਵਰਨ ਯਕਜਾ ਬੈਠਣ, ਇੱਕ ਥਾਂ ਤੇ ਬੈਠਣ, ਰਾਣਾ ਰੰਗ ਬਰਾਬਰੀ ਹੋਵੇ, ਫਿਰ ਖਾਸ ਵਹਿਮ ਤੋਂ ਮਾਤ ਤੋਂ ਸਿੱਖ ਨੂੰ ਉੱਚਾ ਕੀਤਾ। ਕਦਮ ਕਦਮ ਦਿੱਤੇ ਮਨੁੱਖ ਆਪਣੇ ਅੰਦਰ ਵਹਿਮ ਤੋਂ ਮਾਤ ਪਾਲੀ ਬੈਠਾ, ਰਸਤਾ ਬਿੱਲੀ ਕੱਟ ਗਈ ਹੈ ਤੇ ਬੰਦਾ ਸੋਚਦਾ ਹੈ ਅਪਸ਼ਗਨ ਹੋ ਗਿਆ, ਚਲਦਿਆਂ ਨਿੱਛ ਆ ਗਈ ਹੈ ਤੇ ਮਨੁੱਖ ਸੋਚਦਾ ਹੈ ਅਪਸ਼ਗਨ ਹੋ ਗਿਆ। ਜਦਕਿ ਸਤਗੁਰਾਂ ਦੀ ਬਾਣੀ ਕਹਿੰਦੀ ਹੈ, ਜਬ ਆਪਨ ਆਪ ਆਪ ਉਰਧਾਰੇ ਤੋ ਸਗਨ ਅਪਸ਼ਗਨ ਕਹਾਂ ਵਿਚਾਰੇ। ਸ਼ਗਨ ਅਪਸ਼ਗਨ ਤਿਸ ਕੋ ਲਗੇ ਜਿਸ ਚੀਤ ਨਾ ਆਵੇ। ਸਾਰੇ ਦਿਨ ਚੰਗੇ ਨੇ, ਹਰ ਵਕਤ ਚੰਗਾ, ਜਦ ਕੋਈ ਕਹਿ ਦਿੰਦਾ ਇਹ ਦਿਹਾੜਾ ਚੰਗਾ ਨਹੀਂ ਤੇ ਦਿਹਾੜਾ ਕਿਸਨੇ ਬਣਾਇਆ? ਪ੍ਰਮਾਤਮਾ ਨੇ। ਤੋ ਫਿਰ ਪ੍ਰਮਾਤਮਾ ਕਿੱਥੋਂ ਚੰਗਾ ਹੋਵੇਗਾ ਜੋ ਦਿਨ ਮਾੜਾ ਬਣਾਉਂਦਾ? ਗੁਰੂ ਅਰਜਨ ਦੇਵ ਜੀ ਦਾ ਫੈਸਲਾ, ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ। ਤੋ ਜਾਤ ਪਾਤ ਵਹਿਮ ਤੋਂ ਬਾਤ ਮਨੁੱਖਤਾ ਵਿੱਚੋਂ ਕੱਢੇ ਗੁਰੂ ਅਮਰਦਾਸ ਜੀ ਨੇ। ਵਿਧਵਾ ਵਿਆਹ ਦੀ ਪ੍ਰਥਾ ਵੀ ਆਪਨੇ ਚਲਾਈ। ਪਤਨੀ ਮਰ ਜਾਏ ਤੋ ਪਤੀ ਦੂਸਰੀ ਪਤਨੀ ਦੀ ਤਲਾਸ਼ ਕਰਦਾ ਹੈ, ਪਰ ਜੇ ਪਤਨੀ ਦਾ ਸਹਾਰਾ ਛਿਣ ਗਿਆ ਤਾਂ ਉਹ ਸਾਰੀ ਜ਼ਿੰਦਗੀ ਬੇਸਹਾਰਾ ਕਿਉਂ ਜੀਵੇ? ਜਦਕਿ ਭਾਰਤੀ ਸਮਾਜ ਨੇ ਇਸ ਨੂੰ ਕਲੰਕ ਮੰਨਿਆ। ਸਤਿਗੁਰ ਨੇ ਕਿਹਾ ਨੇ ਜੀਵਨ ਦੀ ਲੋੜ ਹੈ, ਕਲੰਕ ਨਹੀਂ ਹੈ। ਵਿਧਵਾ ਵਿਆਹ ਦੀ ਪ੍ਰਥਾ ਆਪਨੇ ਚਲਾਈ, ਪਰਦੇ ਦੀ ਰਸਮ ਆਪਨੇ ਹਟਾਈ। ਮੁਗਲਾਂ ਦੇ ਸ਼ਾਸਨ ਨਾਲ ਆਉਣ ਨਾਲ ਇੱਕ ਪਰਦਾ ਆਇਆ, ਇਸਤਰੀ ਨੂੰ ਛੁਪਾ ਕੇ ਰੱਖਣਾ, ਕਿਉਂਕਿ ਇਸਤਰੀ ਵੀ ਇੱਕ ਧਨ ਸਮਝ ਲਈ ਗਈ। ਤੇ ਜੈਸੇ ਧਨ ਨੂੰ ਸੋਨੇ ਚਾਂਦੀ ਨੂੰ ਛੁਪਾ ਕੇ ਰੱਖਣਾ ਪੈਂਦਾ, ਤੋ ਰੂਪ ਨੂੰ ਇਸਤਰੀ ਨੂੰ ਵੀ ਛੁਪਾ ਕੇ ਰੱਖੋ। ਬੜੇ ਬੜੇ ਇਸਲਾਮ ਵਿੱਚ ਹੋਏ ਦਾਰਸ਼ਨਿਕ ਮਨੁੱਖ ਵੀ ਪਰਦੇ ਦੇ ਹਾਮੀ ਨੇ, ਜੈਸੇ ਕਿ
ਅਕਬਰ ਅਲਾਹਾਬਾਦੀ। ਉਹ ਕਹਿੰਦੇ ਨੇ ਬੇਪੜਦਾ ਆਜ ਜੋ ਨਜ਼ਰ ਆਈ ਚੰਦ ਬੀਬੀਆਂ, ਅਕਬਰ ਜ਼ਮੀਨ ਮੇਂ ਗੈਰ ਤੇ ਕੌਮੀ ਸੇ ਗੜ ਗਿਆ, ਮੈਨੇ ਕਹਾ ਕਿ ਆਪਕਾ ਪੜਦਾ ਵੋ ਕਿਆ ਹੁਆ, ਕਹਿਣੇ ਲਗੀ ਕਿ ਅਕਲ ਪੇ ਮਰਦੋਂ ਕੀ ਪੜ ਗਿਆ। ਤਨਜ਼ੀ ਲਹਿਜੇ ਚ ਬੇਪੜਦ ਔਰਤਾਂ ਦੀ ਉਹ ਮਜ਼ਾਕ ਕਰ ਗਿਆ, ਟੋਕ ਕਰ ਗਿਆ, ਪੜਦਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਬਹੁਤ ਸੁੰਦਰ ਬੋਲ, ਰਹੋ ਰਹੋਰੀ ਬਹੋਰੀਆ ਗੂੰਗਟ ਜਿਨ ਕਾਡੇ। ਇਹਦੇ ਤੋਂ ਗੁੰਡ ਕੱਢਿਆ ਹੋਇਆ ਇੱਕ ਪਾਸੇ ਰੱਖ, ਗੂੰਗਟ ਤੇਰੋ ਤੋ ਉੱਪਰ ਸਾਚੇ ਹਰ ਗੁਣ ਗਾਏ ਕੁਦੇ ਅਰਨਾਚੇ। ਗੁੰਡ ਚਾਹੀਦਾ ਸ਼ਰਮ ਹਯਾ ਦਾ, ਗੁੰਡ ਚਾਹੀਦਾ ਸੱਚ ਦਾ, ਔਰ ਜੇ ਸੱਚ ਦਾ ਗੁੰਡ ਹੈ ਤੋ ਕੱਪੜੇ ਦੀ ਕੋਈ ਲੋੜ ਨਹੀਂ, ਔਰ ਸੱਚ ਨਹੀਂ ਬੇਹਯਾ ਹੈ ਤੋ ਮਨੁੱਖ ਕੱਪੜੇ ਚ ਵੀ ਨੰਗਾ ਹੁੰਦਾ, ਕੀਮਤੀ ਕੱਪੜਿਆਂ ਵਿਚ ਵੀ ਮਨੁੱਖ ਨੰਗਾ ਹੁੰਦਾ। ਸਰਮਦ ਨੇ ਕਹਿ ਦਿੱਤਾ ਸੀ, ਪੇਸ਼ਾਂ ਦੇ ਲਿਬਾਸ ਹਰ ਕਿਰਾਂ ਐਬੇ ਰੀਦ, ਬੇਐਬਾਰਾ ਲਿਬਾਸ ਉਰਿਆਂ ਨੀਦਾਰ। ਐ ਔਰੰਗਜ਼ੇਬ ਤੂੰ ਕੀਮਤੀ ਲਿਬਾਸ ਵਿਚ ਵੀ ਨਗਨ ਹੈ, ਮੈਂ ਨਗਨ ਵੀ ਢਕੇ ਹੋਇਆ। ਕਿਉਂ ਕਿ ਮੇਰੇ ਕੋਲ ਐਸਾ ਕੁਛ ਵੀ ਨਹੀਂ ਜਿਹਨੂੰ ਢਕਣਾ ਪਏ, ਢਕਣਾ ਤੇ ਪੈਂਦਾ ਦੁਰਗੰਧੀ ਨੂੰ, ਢਕਣਾ ਤੇ ਪੈਂਦਾ ਗੰਧ ਨੂੰ। ਬਹੁਤ ਤਨਜ਼ੀ ਲਹਿਜੇ ਚ ਔਰੰਗਜ਼ੇਬ ਨੂੰ ਉਪਦੇਸ਼ ਦੇ ਗਿਆ ਸੂਫੀ ਫਕੀਰ ਸਰਮਦ। ਤੋ ਵਿਧਵਾ ਵਿਆਹ ਦੀ ਪ੍ਰਥਾ ਆਪਨੇ ਜਾਰੀ ਕੀਤੀ, ਪਰਦੇ ਦੀ ਰਸਮ ਆਪਨੇ ਹਟਾਈ, ਵਰਨ ਵੰਡ ਆਪਨੇ ਹਟਾਇਆ, ਜ਼ਾਤ ਪਾਤ ਆਪਨੇ ਹਟਾ ਦਿੱਤੀ, ਔਰ ਸਤੀ ਪ੍ਰਥਾ ਬਾਰੇ ਤੇ ਸਾਫ਼ ਕਹਿ ਦਿੱਤਾ, ਸਤੀਆਂ ਇਹ ਨਾ ਆਖੀਨ ਜੋ ਮੜੀਆਂ ਲਗ ਜਲਨ, ਸਤੀਆਂ ਸੇਈ ਨਾਨਕਾ ਜੋ ਬਿਰਹੇ ਚੋਟ ਮਰਨ। ਕਮਾਲ ਦੀ ਗੱਲ ਕਿ ਪੁਰਸ਼ ਮਰ ਗਿਆ ਤੇ ਪਤਨੀ ਨੂੰ ਮਜਬੂਰ ਕੀਤਾ ਜਾਏ ਕਿ ਜ਼ਿੰਦਾ ਜਲੇ, ਇਹਨੂੰ ਜ਼ਿੰਦਾ ਜਲਾ ਦਿੱਤਾ ਜਾਏ, ਇਹ ਤੇ ਅਨਿਆਏ ਹੈ, ਘੋਰ ਅਨਿਆਏ ਹੈ ਕਿ ਜ਼ਿੰਦਾ ਜਲਣ ਲਈ ਮਜਬੂਰ ਕੀਤਾ ਜਾਏ। ਔਰ ਜ਼ਿੰਦਾ ਜਲਾਉਣ ਦੀ ਪ੍ਰਥਾ ਜਾਪਦਾ ਹਿੰਦੁਸਤਾਨ ਦੀ ਬਹੁਤ ਪੁਰਾਣੀ ਪ੍ਰਥਾ ਹੈ। 12 ਲੱਖ ਬੌਧ ਭਿਕਸ਼ੂ ਇਸ ਦੇਸ਼ ਵਿੱਚ ਜ਼ਿੰਦਾ ਜਲਾਏ ਗਏ, ਹਜ਼ਾਰਾਂ ਇਸਤਰੀਆਂ ਇਸ ਦੇਸ਼ ਵਿੱਚ ਜ਼ਿੰਦਾ ਜਲਾਈਆਂ ਗਈਆਂ। ਜ਼ਿੰਦਾ ਜਲਾਣਾ ਸੰਸਕਾਰਾਂ ਵਿੱਚ ਰਮ ਗਿਆ, ਜ਼ਿੰਦਾ ਜਲਾਣਾ ਵਿਚਾਰਾਂ ਵਿੱਚ ਰਮ ਗਿਆ, ਔਰ ਇਤਨਾ ਰਮ ਗਿਆ ਕਿ ਇਹ ਅੱਜ ਵਿਆਪਕ ਤੌਰ ਤੇ ਮਨੁੱਖਤਾ ਦੇ ਅੰਦਰ ਮੌਜੂਦ ਹੈ। ਇਸ ਦੇਸ਼ ਦਾ ਸਭ ਤੋਂ ਵੱਡਾ ਧਰਮਾਚਾਰੀਆ ਵੀ ਅੱਜ ਸਤੀ ਪ੍ਰਥਾ ਦੀ ਹਿਮਾਇਤ ਕਰ ਰਿਹਾ, ਜਦਕਿ ਗੁਰਮਤ ਕਹਿੰਦੀ ਹੈ ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲਗ ਜਲਨ, ਸਤੀਆਂ ਸੇਈ ਨਾਨਕਾ ਜੋ ਬਿਰਹੇ ਚੋਟ ਮਰਨ। ਭੈ ਭੀਤ ਮਨੁੱਖ ਉਹ ਭੂਤਾਂ ਪ੍ਰੇਤਾਂ ਦੇ ਚੱਕਰਾਂ ਚ ਵੀ ਪੈ ਜਾਂਦੇ ਨੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਇੱਕ ਐਸਾ ਪੁਰਸ਼ ਲੈਂਦਾ ਗਿਆ ਜੋ ਝੂਲ ਰਿਹਾ ਸੀ, ਜਿਹਦੇ ਬਾਰੇ ਉਸਦੇ ਸ਼ਰੀਕ ਕਹਿੰਦੇ ਸਨ, ਮਹਾਰਾਜ ਇਸ ਨੂੰ ਭੂਤ ਚੰਬੜੇ ਨੇ, ਆਪ ਮਿਹਰ ਕਰੋ, ਬਖਸ਼ਿਸ਼ ਕਰੋ। ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਉੱਥੇ ਜੋ ਉਪਦੇਸ਼ ਦਿੱਤਾ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕਲਮਬੰਦ ਕੀਤਾ, ਸ੍ਰੀ ਮੁਖ ਤੇ ਤਬ ਉੱਤਰ ਕਹੋ, ਪ੍ਰੇਤ ਲਗੋ ਜੈ ਸਿੱਖ ਕੋ ਲਓ, ਸੋ ਨੈ ਪੜਤ ਹੋਤ ਜਪ ਰਸਨਾ, ਜਿਨਹੋ ਕੰਠ ਤਿਨ ਪਰ ਕਛ ਬਸਨਾ। ਇਹਦੇ ਹਿਰਦੇ ਚ ਜਬਜੀ ਨਹੀਂ,
ਇਹਦੇ ਕੰਠ ਵਿੱਚ ਜਪਜੀ ਨਹੀਂ, ਇਹਦੀ ਰਸਨਾ ਤੇ ਜਪਜੀ ਨਹੀਂ, ਜਿਹਦੇ ਹਿਰਦੇ ਵਿੱਚ ਜਪਜੀ ਹੈ ਉੱਥੇ ਭੂਤਾਂ ਪ੍ਰੇਤਾਂ ਦਾ ਕੀ ਕੰਮ, ਤੇ ਜਿੱਥੇ ਜਪਜੀ ਨਹੀਂ ਹੈ ਉਹਨਾਂ ਨੂੰ ਭੂਤਾਂ ਨੇ ਕੀ ਚੰਬੜਾ, ਉਹ ਆਪ ਹੀ ਭੂਤ ਆਉਂਦਾ ਹੈ। ਕਬੀਰ ਜੈਂਗਰ ਸਾਥ ਨ ਸੇਵੀਏ, ਹਰ ਕੀ ਸੇਵਾ ਨਾ ਹੈ, ਤੇ ਘਰ ਮਰਹਟ ਸਾਰ ਕੇ ਭੂਤ ਬਸੇ ਤਨ ਮਾਏ। ਜੋ ਖਾਕਾ ਗੁਰੂ ਨਾਨਕ ਨੇ ਚਿਤਰਿਆ, ਆਦਰਸ਼ਵਾਦੀ ਹੋਣ ਦਾ ਰੰਗ ਭਰਿਆ, ਗੁਰੂ ਅਮਰਦਾਸ ਜੀ ਮਹਾਰਾਜ ਨੇ ਵਹਿਮ ਤੋਹਮਾਤ ਦੀ ਮਹਿਲ ਕੱਢ ਦਿੱਤੀ, ਭੂਤਾਂ ਪ੍ਰੇਤਾਂ ਦੀ ਮੌਣੌਤ ਕੱਢ ਦਿੱਤੀ, ਜਾਤ ਪਾਤ ਦੀ ਪ੍ਰਥਾ ਮਿਟਾ ਦਿੱਤੀ, ਸਤੀ ਪ੍ਰਥਾ ਨੂੰ ਦੂਰ ਕੀਤਾ। ਇਸ ਤਰ੍ਹਾਂ ਦੀ ਸਾਫ ਸੁਥਰੀ ਤਸਵੀਰ ਔਰ ਉਸ ਵਿੱਚ ਇੱਕ ਬਹੁਤ ਹੀ ਅਦਭੁਤ ਖੂਬਸੂਰਤ ਰੰਗ ਭਰਿਆ। ਗੁਰੂ ਨਾਨਕ ਦੀ ਚੌਥੀ ਜੋਤ ਗੁਰੂ ਰਾਮਦਾਸ, ਕੰਮ ਬਹੁਤ ਲੰਬਾ ਸੀ, ਮਨੁੱਖ ਨੂੰ ਪੂਰਨ ਕਰਨਾ ਸੀ। ਇੱਕ ਪੱਥਰ ਦੇ ਟੁਕੜੇ ਨੂੰ ਵੀ ਮੂਰਤੀ ਦੀ ਸ਼ਕਲ ਦੇਣੀ ਹੋਵੇ ਕਈ ਦਫ਼ਾ ਕਈ ਸਾਲ ਲੱਗ ਜਾਂਦੇ ਨੇ। ਐਸਾ ਮੈਂ ਇੱਕ ਸੰਤਰਾਸ਼ ਵੇਖਿਆ ਜੋ ਮਹਾਤਮਾ ਬੁੱਧ ਦਾ ਬੁੱਤ ਘੜ ਰਿਹਾ ਹੈ ਔਰ ਘੜਦਿਆਂ ਘੜਦਿਆਂ ਅੱਜ ਉਸਨੂੰ ਗਾਲਬਨ 12 ਸਾਲ ਤੋਂ ਵੀ ਜ਼ਿਆਦਾ ਹੋ ਗਿਆ। ਉਸਨੇ ਮੂੰਹ ਮੱਥਾ ਬਣਾ ਦਿੱਤਾ ਹੈ, ਹੱਥ ਪੇਟ ਬਣਾ ਦਿੱਤਾ ਹੈ, ਹੁਣ ਘੜ ਰਿਹਾ ਮਹਾਤਮਾ ਬੁੱਧ ਦੇ ਪੈਰ, ਲੇਕਿਨ ਕਈ ਸਾਲਾਂ ਤੋਂ ਘੜ ਰਿਹਾ ਹੈ। ਮੁੰਤਜ਼ਿਮ ਪੁੱਛਦੇ ਨੇ ਇਹ ਪੈਰ ਕਦੋਂ ਮੁਕੰਮਲ ਹੋਣਗੇ, ਤੂੰ ਕਹਿੰਦਾ ਜਿਨ੍ਹਾਂ ਪੈਰਾਂ ਤੇ ਹਜ਼ਾਰਾਂ ਮਨੁੱਖਾਂ ਨੇ ਮੱਥਾ ਟੇਕਣਾ ਹੈ ਉਹ ਮੇਰੀ ਕਲਪਨਾ ਚ ਨਹੀਂ ਆ ਰਿਹਾ, ਉਹ ਮੇਰੀ ਪਕੜ ਵਿੱਚ ਨਹੀਂ ਆ ਰਿਹਾ। 12 ਸਾਲ ਤੱਕ ਪੱਥਰ ਦੀ ਮੂਰਤੀ ਸੰਤਰਾਸ਼ ਮੁਕੰਮਲ ਨਹੀਂ ਕਰ ਸਕਿਆ। ਜੀਵਦੇ ਜਾਗਦੇ ਮਨੁੱਖ ਨੂੰ ਘੜਨਾ ਸੀ, ਸੰਵਾਰਨਾ ਸੀ, ਸ਼ਿੰਗਾਰਨਾ ਸੀ ਔਰ ਉਸਦਾ ਨਾਂ ਰੱਖਣਾ ਸੀ ਖਾਲਸਾ। ਵਕਤ ਤੇ ਲੱਗਣਾ ਸੀ, 250 ਸਾਲ ਲੱਗੇ। ਗੁਰੂ ਨਾਨਕ ਦੀ ਚੌਥੀ ਜੋਤ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਮਨੁੱਖ ਦੀ ਝੋਲੀ ਵਿੱਚ ਜਿਹੜੀਆਂ ਬਰਕਤਾਂ ਪਾਈਆਂ ਹੋਏ, ਕਿਤੋਂ ਜਿੱਥੇ ਵੀ ਰਹਿਣਾ ਹੈ ਆਪਣਾ ਘਰ ਬਣਾਉਣਾ ਹੈ, ਧਰਮ ਮੰਦਿਰ ਵੀ ਬਣਾਉਣਾ ਹੈ, ਤੋ ਆਪਣੇ ਰਹਿਣ ਲਈ ਥਾਂ ਬਣਾਉਣੀ ਹੈ, ਯਾਤਰੀਆਂ ਦੇ ਰਹਿਣ ਲਈ ਵੀ ਥਾਂ ਬਣਾਉਣੀ ਹੈ। ਇਹ ਜਜ਼ਬਾ ਦਿੱਤਾ, ਤੂੰ ਸਿਰਫ ਆਪਣੇ ਲਈ ਹੀ ਮੰਦਿਰ ਨਾ ਬਣਾ, ਹਰੀ ਦਾ ਵੀ ਮੰਦਿਰ ਬਣਾ। ਤੂੰ ਸਿਰਫ ਆਪਣੇ ਰਹਿਣ ਲਈ ਥਾਂ ਨਾ ਬਣਾ, ਜਗਤ ਲਈ ਵੀ ਥਾਂ ਬਣਾ। ਇਹ ਦੇਣ ਵੈਦੀ ਤੌਰ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ। ਸਿੱਖ ਜਿੱਥੇ ਵੀ ਹੋਵੇ ਆਪਣਾ ਘਰ ਬਣਾਉਣ ਦੇ ਨਾਲ ਨਾਲ ਗੁਰੂ ਦਾ ਘਰ ਬਣਾਉਣ ਦੀ ਸੋਚਦਾ ਹੈ। ਜਿਹੜਾ ਸਿੱਖ ਰਹਿੰਦਾ ਹੋਵੇ ਤੇ ਗੁਰਦੁਆਰੇ ਬਣਾਉਣ ਦਾ ਉਸਦੇ ਅੰਦਰ ਜਜ਼ਬਾ ਨਾ ਹੋਵੇ, ਮੁਸਾਫਰਖਾਨੇ ਤਾਮੀਰ ਕਰਨ ਦਾ ਉਸਦੇ ਅੰਦਰ ਸ਼ੌਕ ਨਾ ਹੋਵੇ, ਸਮਝ ਲੈਣਾ ਚਾਹੀਦਾ ਹੈ ਚੌਥੇ ਪਾਤਸ਼ਾਹ ਦੀ ਦੇਣ ਇਸ ਵਿੱਚ ਨਹੀਂ ਹੈ। ਭੂਤਾਂ ਪ੍ਰੇਤਾਂ ਨੂੰ ਮੰਨਣ ਵਾਲਾ, ਸਤੀ ਪ੍ਰਥਾ ਦੀ ਹਿਮਾਇਤ ਕਰਨ ਵਾਲਾ ਸਮਝ ਲੈਣਾ ਚਾਹੀਦਾ ਹੈ ਗੁਰੂ ਅਮਰਦਾਸ ਦਾ ਰੰਗ ਇਸ ਸਿੱਖ ਵਿੱਚ ਨਹੀਂ ਹੈ। ਤੇ ਜੇ ਹੁਕਮ ਹੀ ਨਹੀਂ ਮੰਨਦਾ ਤਾਂ ਗੁਰੂ ਅੰਗਦ ਦੇਵ ਜੀ ਨਾਲ ਇਸਦਾ ਕੋਈ ਸੰਬੰਧ ਨਹੀਂ ਹੈ। ਸ਼ਾਂਤੀ ਦਾ ਰੰਗ ਭਰਿਆ ਗੁਰੂ ਨਾਨਕ ਦੀ ਪੰਜਵੀਂ ਜੋਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਮਨੁੱਖ ਕਿਤਨਾ ਸ਼ਾਂਤ ਹੋ ਸਕਦਾ ਹੈ ਇਸਦੀ ਇੰਤਹਾ ਪੇਸ਼ ਕਰ ਦਿੱਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਅਕਸਰ ਮਨੁੱਖ ਸੀਤਲ ਹਵਾਵਾਂ ਵਿੱਚ ਬੈਠ ਕੇ ਵੀ ਗਰਮ ਹੋ ਜਾਂਦਾ ਹੈ, ਪਰ ਉਹ ਤੱਤੀ ਤਵੀ ਤੇ ਬੈਠ ਕੇ ਵੀ ਗਰਮ ਨਹੀਂ ਹੁੰਦਾ। ਅਕਸਰ ਮਨੁੱਖ ਬਰਫਾਨੀ ਪਹਾੜਾਂ ਵਿੱਚ ਰਹਿ ਕੇ ਵੀ ਗਰਮ ਹੋ ਜਾਂਦਾ ਹੈ, ਪਰ ਉਹ ਉਬਲਦੀ ਦੇਗ ਵਿੱਚ ਵੀ ਗਰਮ ਨਹੀਂ ਹੋਵੇ।
ਸ਼ਾਂਤੀ ਦੀ ਇੰਤਹਾ ਜਗਤ ਦੇ ਸਾਹਮਣੇ ਰੱਖੀ। ਉਹ ਜੋ ਖਾਕਾ ਗੁਰੂ ਨਾਨਕ ਨੇ ਚਿੱਤੇ ਰਿਹਾ। ਪੰਜਵੀਂ ਜੋਤ ਨੇ ਉਸ ਵਿੱਚ ਰੰਗ ਭਰਿਆ ਸ਼ਾਂਤੀ ਦਾ, ਪਰ ਇਹ ਸ਼ਾਂਤੀ ਕਿਧਰੇ ਬੁਜ਼ਦਿਲੀ ਨਾ ਸਮਝ ਲਈ ਜਾਏ। ਇਸ ਸ਼ਾਂਤੀ ਨੂੰ ਕੋਈ ਕਾਇਰਤਾ ਨਾ ਸਮਝ ਲਵੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕ੍ਰਾਂਤੀ ਦਾ ਰੰਗ ਭਰਿਆ, ਕ੍ਰਾਂਤੀ ਦਿੱਤੀ। ਤੇਰੀ ਸ਼ਾਂਤੀ ਜਦ ਬੁਜ਼ਦਿਲੀ ਸਾਬਿਤ ਹੋਣ ਲੱਗੇ, ਤੇਰੀ ਸ਼ਾਂਤੀ ਨੂੰ ਜਦੋਂ ਜਗਤ ਕਮਜ਼ੋਰੀ ਸਮਝੇ, ਤੂੰ ਕ੍ਰਾਂਤੀਕਾਰੀ ਹੋ ਕੇ ਸਾਹਮਣੇ ਪ੍ਰਗਟ ਹੋਣਾ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਇਹ ਦੇਣ, ਅਗਰ ਸਿੱਖ ਦੇ ਅੰਦਰ ਕ੍ਰਾਂਤੀਕਾਰੀ ਜਜ਼ਬਾ ਨਹੀਂ ਹੈ, ਤੂੰ ਸਮਝ ਲੈਣਾ ਛੇਵੇਂ ਪਾਤਸ਼ਾਹ ਨਾਲ ਇਸਦਾ ਕੋਈ ਸੰਬੰਧ ਨਹੀਂ ਹੈ। ਛੇਵੇਂ ਪਾਤਸ਼ਾਹ ਨੇ ਰਾਜਯੋਗੀ ਦੀ ਤਸਵੀਰ ਪੇਸ਼ ਕੀਤੀ। ਆਪ ਆਪਣੇ ਲਾਓ ਲਸ਼ਕਰ ਦੇ ਨਾਲ, ਮਹਿਲਾਂ ਦੇ ਨਾਲ, ਪਰਿਵਾਰ ਦੇ ਨਾਲ ਘੋੜੇ ਤੇ ਸਵਾਰ ਜਾ ਰਹੇ ਸਨ। ਰਸਤੇ ਚ ਇੱਕ ਫਕੀਰ ਨੇ ਤਰਕ ਕੀਤੀ, ਹਿੰਦੂ ਕੀ ਤੇ ਫਕੀਰ ਕੀ, ਔਰ ਪੈਸਾ ਕੀ ਤੇ ਫਕੀਰ ਕੀ, ਇਸਤਰੀ ਕੀ ਤੇ ਫਕੀਰ ਕੀ, ਔਰ ਪੁੱਤਰ ਕੀ ਤੇ ਫਕੀਰ ਕੀ। ਸਤਿਗੁਰ ਨੇ ਘੋੜੇ ਦੀਆਂ ਲਗਾਮਾਂ ਖਿੱਚੀਆਂ, ਆਖਿਆ ਸੁਣ ਫਕੀਰ ਸਾਈ, ਦੌਲਤ ਗੁਜਰਾਨ, ਇਸਤਰੀ ਇਮਾਨ, ਪੁੱਤਰ ਨਿਸ਼ਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ, ਤੂੰ ਕਿਹੜੇ ਚੱਕਰਾਂ ਚ ਪਿਆ। ਫਕੀਰ ਤੇ ਇਤਨਾ ਬੁਲੰਦ ਚਾਹੀਦਾ ਹੈ ਜਿਤਨਾ ਕਿ ਸੂਰਜ, ਤੂੰ ਜੈਸੇ ਸੂਰਜ ਦਾ ਚਾਨਣਾ ਸਾਰਿਆਂ ਲਈ ਹੈ, ਫਕੀਰ ਦੀ ਦੇਣ ਤੇ ਸਾਰਿਆਂ ਲਈ ਆਉਂਦੀ ਹੈ। ਸਤਿਗੁਰ ਨੇ ਇਹ ਸੰਦੇਸ਼ ਤੇ ਉਪਦੇਸ਼ ਦਿੱਤਾ, ਜਦ ਤੇਰੀ ਸ਼ਾਂਤੀ ਸ਼ਰਾਫਤ ਅਗਲਾ ਸਮਝੇ ਕਿ ਬੁਜ਼ਦਿਲੀ ਹੈ, ਕਾਇਰਤਾ ਹੈ, ਉਦੋਂ ਕ੍ਰਾਂਤੀਕਾਰੀ ਯੋਧਾ ਬਣ ਕੇ ਤੂੰ ਸਾਹਮਣੇ ਆ, ਤਾਂ ਕਿ ਆਪਣੀ ਹੋਂਦ ਨੂੰ ਬਚਾ ਸਕੇ, ਆਪਣੀ ਸੰਸਕ੍ਰਿਤੀ ਨੂੰ ਬਚਾ ਸਕੇ, ਆਪਣੇ ਦੇਸ਼ ਨੂੰ ਬਚਾ ਸਕੇ, ਆਪਣੇ ਧਰਮ ਨੂੰ ਬਚਾ ਸਕੇ। ਮਨੁੱਖ ਦੇ ਅੰਦਰ ਇੱਕ ਬਹੁਤ ਵੱਡੀ ਕਮਜ਼ੋਰੀ ਹੈ, ਜੋ ਕੁਛ ਇਹ ਨਹੀਂ ਹੈ ਉਸ ਨੂੰ ਪ੍ਰਗਟ ਕਰਦਾ ਹੈ, ਔਰ ਜੋ ਕੁਛ ਇਹ ਹੈ ਉਸ ਤੇ ਪੜਦਾ ਪਾਉਂਦਾ। ਗੁਰੂ ਹਰ ਰਾਇ ਸਾਹਿਬ ਦੀ ਦੇਣ, ਜੋ ਕੁਛ ਤੂੰ ਹੈ ਉਸ ਤੇ ਪੜਦਾ ਨਾ ਪਾ, ਔਰ ਜੋ ਕੁਛ ਤੂੰ ਨਹੀਂ ਹੈ ਉਸ ਨੂੰ ਪ੍ਰਗਟ ਨਹੀਂ ਕਰਨਾ। ਵਿਖਾਵਾ ਨਹੀਂ ਚਾਹੀਦਾ ਤੇਰੀ ਜ਼ਿੰਦਗੀ ਵਿੱਚ। ਵਿਖਾਵਾ ਪ੍ਰਦਰਸ਼ਨੀ ਕਰਨ ਵਾਲੇ ਮਨੁੱਖ ਨੂੰ ਹੀ ਗੁਰਮਤ ਵਿੱਚ ਮਾਇਆਧਾਰੀ ਆਖਿਆ ਗਿਆ ਹੈ। ਨਾਕੋਂ ਕਾਟੀ, ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਕਬੀਰ ਕੰਨ ਮੈਂ ਮਾਇਆ ਦਾ ਨੱਕ ਕੱਟ ਦਿੱਤਾ ਹੈ, ਮਾਇਆ ਦੇ ਕੰਨ ਕੱਟ ਦਿੱਤੇ ਨੇ, ਪਰ ਸਵਾਲ ਪੈਦਾ ਹੁੰਦਾ ਹੈ, ਗਲਾ ਕਿਉਂ ਨਹੀਂ ਕੱਟਿਆ, ਨੱਕ ਕੱਟ ਕੇ ਕਿਉਂ ਛੱਡ ਦਿੱਤੀ, ਕੰਨ ਕੱਟ ਕੇ ਕਿਉਂ ਛੱਡ ਦਿੱਤੀ। ਤੋ ਕਬੀਰ ਦਾ ਇੱਥੇ ਇਹੀ ਕਹਿਣਾ ਹੈ ਕਿ ਮਾਇਆ ਦੇ ਸਿਰਫ ਕੰਨ ਤੇ ਨੱਕ ਹੀ ਹੁੰਦਾ ਹੈ, ਹੋਰ ਕੁਛ ਨਹੀਂ। ਮਾਇਆਧਾਰੀ ਦੀ ਪਹਿਚਾਣ ਉਹ ਜੋ ਕੁਛ ਵੀ ਕਰੇਗਾ ਸਿਰਫ ਨੱਕ ਰੱਖਣ ਲਈ ਕਰੇਗਾ, ਸੱਤ ਰੱਖਣ ਲਈ ਨਹੀਂ। ਸਿਰਫ ਨੱਕ ਰੱਖਣ ਲਈ ਉਸਨੇ ਸਾਰਾ ਕੰਮ ਕਰਨਾ, ਮੇਰੀ ਨੱਕ ਰਹਿਣੀ ਚਾਹੀਦੀ ਹੈ, ਫਿਰ ਕੰਨਾਂ ਨਾਲ ਸੁਣੇਗਾ ਜਗਤ ਕੀ ਆਖਦਾ, ਆਪਣੀ ਸ਼ੋਭਾ ਸੁਣੇਗਾ, ਔਰ ਨੱਕ ਰੱਖਣ ਲਈ ਕੰਮ ਕਰੇਗਾ, ਗੁਰੂ ਨੂੰ ਰੱਖਣ ਲਈ ਨਹੀਂ, ਪਰਮਾਤਮਾ ਨੂੰ ਸਾਹਮਣੇ ਰੱਖਣ ਲਈ ਨਹੀਂ। ਨੱਕ ਇਤਨੀ ਵੱਡੀ ਹੋ ਗਈ ਕਿ ਹਰ ਸ਼ਾਦੀ ਗਮੀ ਖੁਸ਼ੀ ਵਿੱਚ ਹੁਣ ਮਨੁੱਖ ਆਪਣੀ ਨੱਕ ਹੀ ਅੱਗੇ ਕਰ ਰਿਹਾ ਹੈ, ਗੁਰੂ ਨੂੰ ਅੱਗੇ ਨਹੀਂ ਕਰ ਰਿਹਾ, ਸੱਚ ਨੂੰ ਅੱਗੇ ਨਹੀਂ ਕਰ ਰਿਹਾ। ਦੁੱਖ ਸੁੱਖ ਤੇ ਕਸਬੱਟੀ ਹੈ,
ਪਰ ਮੈਂ ਦੇਖਦਾ ਦੁੱਖ ਸੁੱਖ ਵਿੱਚ ਗੁਰੂ ਨੂੰ ਅਸੀਂ ਇੱਕ ਪਾਸੇ ਕਰ ਦਿੰਦੇ ਹਾਂ। ਗੁਰੂ ਹਰ ਰਾਏ ਸਾਹਿਬ ਨੇ ਇਹ ਦੇਣ ਸਿੱਖ ਦੀ ਝੋਲੀ ਚ ਪਾਈ, ਜੋ ਤੂੰ ਨਹੀਂ ਹੈ ਇਹ ਪ੍ਰਗਟ ਨਹੀਂ ਕਰਨਾ, ਪਰ ਜੋ ਕੁਛ ਤੂੰ ਹੈ ਇਸ ਤੇ ਪਰਦਾ ਨਹੀਂ ਪਾਣਾ, ਤਾਂ ਕਿ ਜਗਤ ਧੋਖਾ ਨਾ ਖਾਵੇ। ਸਿੱਖਾਂ ਨੇ ਇੱਕ ਦਿਨ ਬੇਨਤੀ ਕੀਤੀ ਬਾਦਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਚ, ਬਾਣੀ ਪੜ੍ਹਦੇ ਆ ਅਰਥ ਤੇ ਸਾਨੂੰ ਆਉਂਦੇ ਨੇ, ਰਤੀ ਜਾਂਦੇ ਆ ਤੋਤਾ ਰਤਨ, ਇਸ ਦਾ ਕੋਈ ਲਾਭ? ਸਤਿਗੁਰ ਕਹਿੰਦੇ ਹਾਂ ਲਾਭ ਹੈ। ਚਲਦਿਆਂ ਚਲਦਿਆਂ ਰਸਤੇ ਚ ਇਹ ਪ੍ਰਸ਼ਨ ਹੋਇਆ ਤੇ ਚਲਦਿਆਂ ਚਲਦਿਆਂ ਸਤਿਗੁਰ ਜਵਾਬ ਦਿੰਦੇ ਨੇ, ਰਸਤੇ ਚ ਇੱਕ ਮਿੱਟੀ ਦਾ ਠੀਕਰਾ ਪਿਆ ਸੀ, ਉਹ ਕਿਸੇ ਐਸੇ ਭਾਂਡੇ ਦਾ ਠੀਕਰਾ ਸੀ ਜਿਸ ਵਿੱਚ ਕਾਫੀ ਲੰਬੇ ਸਮੇਂ ਤੱਕ ਦਿਓ ਰੱਖਿਆ ਗਿਆ ਸੀ, ਟੁੱਟ ਗਿਆ ਸੀ, ਹੁਣ ਠੀਕਰੀ ਪਈ ਸੀ। ਮਹਾਰਾਜ ਕਹਿੰਦੇ ਰਹੇ ਚਿਕਨ ਤਾ ਠੀਕਰ ਮਾਹੀ, ਤਿਉ ਬਾਣੀ ਰਹੇ ਮਨ ਮਾਹੀ। ਰੱਖਿਆ ਗਿਆ ਸੀ ਕਿਸੇ ਵਕਤ ਦਿਓ, ਅੱਜ ਨਹੀਂ, ਪਰ ਚਿਕਨਾਈ ਅੱਜ ਵੀ ਮੌਜੂਦ ਹੈ ਕਿ ਪੁਰਖਾ ਠੀਕ ਹੈ, ਤੂੰ ਬਾਣੀ ਪੜ, ਹਿਰਦੇ ਚ ਨਹੀਂ ਵਸੀ ਤੂੰ, ਕਮ ਸੇ ਕਮ ਚਿਕਨਾਈ ਤੇ ਰਹੇਗੀ, ਸਮਾਂ ਤੇ ਸਫਲ ਹੋਵੇਗਾ, ਕੁਛ ਨਾ ਕੁਛ ਤੇ ਅੰਦਰ ਜੋ ਹੈ ਸੰਸਕਾਰ ਬਣਨਗੇ। ਤੇ ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਦੀ ਦੇਣ ਪ੍ਰਦਰਸ਼ਨੀ ਨਹੀਂ ਕਰਨੀ, ਨੁਮਾਇਸ਼ ਨਹੀਂ ਕਰਨੀ। ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ, ਸਾਡੇ 5 ਸਾਲ ਦੀ ਆਪ ਦੀ ਆਯੂ ਹੈ, ਸਿੰਘਾਸਣ ਤੇ ਬੈਠੇ ਨੇ, 7.5 ਸਾਲ ਦੀ ਆਪ ਦੀ ਆਯੂ ਹੈ, ਰੁਖਸਤ ਹੋ ਗਏ ਨੇ। ਗੁਰਿਆਈ ਦਾ ਪੀਰੀਅਡ ਕੁੱਲ 2 ਸਾਲ ਦਾ ਹੈ। ਸਾਡੇ ਦੇਸ਼ ਵਿੱਚ ਉੱਘੇ ਇੱਕ ਪੰਡਿਤ ਔਰ ਮਹਾਨ ਦਾਰਸ਼ਨਿਕ ਰਿਸ਼ੀ ਹੋਏ ਨੇ ਚਾਣਕ, ਨੀਤੀ ਦੇ ਵੀ ਪੰਡਿਤ, ਉਹ ਕਹਿੰਦੇ ਰਹੇ ਕਿ ਜਿਸ ਨੂੰ ਸਮਾਜ ਦਾ ਮੁਖੀ ਬਣਾਉਣਾ, ਧਰਮ ਦਾ ਮੁਖੀ ਬਣਾਉਣਾ, ਰਾਜਨੀਤੀ ਦਾ ਮੁਖੀ ਬਣਾਉਣਾ, ਉਸਦੀ ਆਯੂ 35 ਸਾਲ ਤੋਂ ਅੱਗੇ ਚਾਹੀਦੀ ਹੈ। 35 ਸਾਲ ਤੋਂ ਥੱਲੇ ਬਚਪਨਾ ਹੁੰਦਾ ਹੈ, ਵਿਚਾਰਾਂ ਵਿੱਚ ਦੂਰ ਦ੍ਰਿਸ਼ਟੀ ਨਹੀਂ ਆਉਂਦੀ, ਬਚਨਾਂ ਵਿੱਚ ਗਹਿਰਾਈ ਨਹੀਂ ਆਉਂਦੀ, ਸੋਚਣ ਵਿੱਚ ਉਡਾਰੀ ਨਹੀਂ ਆਉਂਦੀ। ਚਾਣਕ ਦੇ ਪ੍ਰਭਾਵਾਂ ਹੇਠ ਇਹ ਦੇਸ਼ ਜੀ ਰਿਹਾ ਸੀ। ਉਹਨਾਂ ਹੀ ਦਿਨਾਂ ਚ ਈਰਾਨ ਦੇ ਸੂਫੀ ਸੰਤ ਜਨਾਬ ਸ਼ੇਖ ਸਾਦੀ ਦਾ ਇਸ ਦੇਸ਼ ਵਿੱਚ ਆਗਮਨ ਹੋਇਆ, ਉਸਨੇ ਭਰਮਣ ਕੀਤਾ ਔਰ ਉਸਨੇ ਗੁਲਿਸਤਾਨ ਵਿੱਚ ਬਕਾਇਦਾ ਇਸਦਾ ਜ਼ਿਕਰ ਵੀ ਕੀਤਾ ਕਿ ਮੈਂ ਹਿੰਦੁਸਤਾਨ ਦੀ ਸਿਆਹਤ ਕੀਤੀ ਹੈ। ਉਹਨੇ ਇਹ ਨਾਰਾ ਬੁਲੰਦ ਕੀਤਾ, ਬਜ਼ੁਰਗੀ ਬਾ ਅਕਲਸਤ ਨਕੇ ਬਾ ਸਾਲ, ਤਵੰਗਰੀ ਬਾ ਦਿਲਸਤ ਨਕੇ ਬਵਾਲ। ਬਜ਼ੁਰਗੀ ਉਮਰ ਤੋਂ ਨਹੀਂ ਹੈ, ਅਕਲ ਤੋਂ ਹੈ। ਅਮੀਰੀ ਧਨ ਸੰਪਦਾ ਤੋਂ ਨਹੀਂ ਹੈ, ਦਿਲ ਤੋਂ ਹੈ। ਦਿਲ ਕਿਤਨਾ ਕੁ ਵੱਡਾ ਹੈ, ਕਰੋੜਾਂ ਦੀ ਧਨ ਸੰਪਦਾ ਹੈ, ਦਿਲ ਚਿੱਲੀ ਚਿੜੀ ਜਿਤਨਾ ਹੈ। ਭਰਾ ਲਈ ਵੀ ਥਾਂ ਕੋਈ ਨਹੀਂ, ਭਰਾ ਦੇ ਮੂੰਹ ਦੀ ਵੀ ਬੁਰਕੀ ਖੋ ਰਿਹਾ, ਇਹਨੂੰ ਅਮੀਰ ਕਹਿਣਾ ਅਮੀਰੀ ਦਾ ਤੋਹੀਨ ਕਰਨੀ ਹੈ, ਅਮੀਰੀ ਦੀ ਨਿਰਾਦਰੀ ਕਰਨੀ ਹੈ। ਬਜ਼ੁਰਗੀ ਦਾ ਅਕਲਸਤ, ਇੱਥੇ ਉਹ ਇਹ ਕਹਿ ਗਏ ਕਿ ਲਾਜ਼ਮੀ ਨਹੀਂ ਕਿ ਉਮਰ ਦੇ ਵਧਣ ਦੇ ਨਾਲ ਨਾਲ ਅਕਲ ਵੀ ਵਧੇ, ਇਹ ਲਾਜ਼ਮੀ ਨਹੀਂ। ਅਜੋਕਾ ਮਨੋਵਿਗਿਆਨ ਤੇ ਅਜੋਕੀ ਸਾਇੰਸ ਇਸ ਗੱਲ ਨਾਲ ਸਹਿਮਤ ਹੈ ਕਿ ਲਾਜ਼ਮੀ ਨਹੀਂ ਕਿ ਸਰੀਰਕ ਉਮਰ ਦੇ ਵਧਣ ਦੇ ਨਾਲ ਨਾਲ ਮਨੁੱਖ ਦੀ ਅਕਲ ਵੀ ਵਧੇ, ਬਲਕਿ 13-14 ਸਾਲ ਤੇ ਹੀ ਕਈਆਂ ਦੀ ਅਕਲ ਰੁਕ ਜਾਂਦੀ ਹੈ। ਸਰੀਰਕ ਉਮਰ 80 ਸਾਲ ਦੀ, ਅਕਲ ਦੀ ਉਮਰ 13 ਸਾਲ ਦੀ, ਸਰੀਰਕ ਉਮਰ 50 ਸਾਲ ਦੀ, ਅਕਲ 5 ਵਰਿਆਂ ਵਰਗੀ। ਅਗਰ ਐਸਾ ਹੋ ਸਕਦਾ ਹੈ
ਕਿ ਉਮਰ ਸਰੀਰਕ 80 ਸਾਲ ਦੀ ਤੇ ਅਕਲ ਦੀ 10 ਸਾਲ ਦੀ, ਤਾਂ ਫਿਰ ਐਸਾ ਵੀ ਹੋ ਸਕਦਾ ਹੈ ਸਰੀਰ 5 ਵਰਿਆਂ ਦਾ, ਅਕਲ 100 ਸਾਲ ਦੀ, ਐਸਾ ਵੀ ਹੋ ਸਕਦਾ ਹੈ। ਈਸ਼ਵਰੀ ਨਿਯਮ ਹੈ, ਪ੍ਰਭੂ ਦਾ ਨਿਯਮ ਹੈ। ਪਾਣੀ ਅਗਰ ਜੰਮ ਕੇ ਬਰਫ਼ ਬਣ ਸਕਦਾ ਹੈ ਤਾਂ ਬਰਫ਼ ਪਿਘਲ ਕੇ ਪਾਣੀ ਵੀ ਬਣ ਸਕਦੀ ਹੈ, ਐਸਾ ਹੋ ਸਕਦਾ ਹੈ, ਈਸ਼ਵਰ ਦਾ ਨਿਯਮ ਹੈ। ਕੁਛ ਇਤਿਹਾਸ ਵਿੱਚ ਇਸ ਤਰ੍ਹਾਂ ਦੇ ਉਦਾਹਰਣ ਮੈਂ ਆਪ ਦੇ ਸਮਕਸ਼ ਰੱਖਾਂ। ਬਹੁਤ ਪੁਰਾਣੇ ਦੋ ਭਗਤ ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੀ ਹੈ, ਧਰੁਵ ਪ੍ਰਹਿਲਾਦ, ਆਯੂ 5 ਸਾਲ ਦੀ। ਗੁਰੂ ਗ੍ਰੰਥ ਸਾਹਿਬ ਤੋਂ ਪੁੱਛੀਏ ਨਾਮ ਕਿਵੇਂ ਜਪੀਏ, ਤਾਂ ਪਾਤਸ਼ਾਹ ਦੀ ਬਾਣੀ ਦੱਸਦੀ ਹੈ, ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਜਿਸ ਤਰ੍ਹਾਂ ਧਰੁਵ ਨੇ ਜਪਿਆ, ਜਿਸ ਤਰ੍ਹਾਂ ਪ੍ਰਹਿਲਾਦ ਨੇ ਜਪਿਆ, ਐਸੇ ਜਪੋ ਆਯੂ 5 ਸਾਲ ਦੀ। ਸੰਸਾਰ ਦੇ ਇਤਿਹਾਸ ਵਿੱਚ ਦੋ ਵੱਡੇ ਭਗਤ ਹੋਏ ਨੇ ਜਿਨ੍ਹਾਂ ਦੀ ਉਮਰ ਕੇਵਲ 5 ਸਾਲ। ਇੱਕ ਐਸਾ ਸਿੱਖ ਹੋਇਆ ਪੂਰਨ ਬ੍ਰਹਮ ਗਿਆਨੀ ਜਿਹਦੀ ਆਯੂ 7 ਵਰਿਆਂ ਦੀ ਹੈ, ਦੋ ਮਿੱਸੇ ਪ੍ਰਸ਼ਾਦੇ ਪਿਆਜ਼ ਲੱਸੀ ਦਾ ਲੋਟਾ ਲੈ ਕੇ ਇਹ ਗੁਰੂ ਨਾਨਕ ਦੇ ਅੱਗੋਂ ਆਇਆ, ਬੇਰੀ ਥੱਲੇ ਸਤਿਗੁਰ ਬੈਠੇ ਰੱਖਿਆ, ਹੱਥ ਜੋੜ ਕੇ ਕਹਿੰਦਾ, ਬਾਬਾ ਮੇਰੀ ਬੜੀ ਸ਼ਰਧਾ ਹੈ, ਤੁਸੀਂ ਛੱਕ ਲਓ। ਸਤਿਗੁਰ ਨੇ ਦੋ ਪ੍ਰਸ਼ਾਦੇ ਛੱਕ ਲਏ, ਲੱਸੀ ਪੀ ਲਈ, ਭਾਂਡੇ ਵਾਪਸ ਕਰਦਿਆਂ ਕਿਹਾ, ਲੈ ਬਾਲਕ ਆਪਣੇ ਭਾਂਡੇ, ਅਸੀਂ ਤ੍ਰਿਪਤ ਹੋ ਗਏ ਹਾਂ। ਬਾਲਕ ਹੱਥ ਜੋੜ ਕੇ ਕਹਿੰਦਾ, ਬਾਬਾ ਭੋਜਨ ਛਕਣ ਨਾਲ ਸਰੀਰ ਤ੍ਰਿਪਤ ਆਉਂਦਾ ਹੈ, ਮਨ ਕਿਵੇਂ ਤ੍ਰਿਪਤ ਹੋਵੇਗਾ, ਮਨ ਦੀ ਤ੍ਰਿਪਤੀ ਕਿਵੇਂ ਹੋਵੇਗੀ। ਉਸ ਵਕਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਬੱਚੇ ਦੇ ਸਿਰ ਤੇ ਹੱਥ ਰੱਖਿਆ, ਆਖਿਆ, ਉਮਰ ਤੇ ਤੇਰੀ ਕੁਛ ਨਹੀਂ, ਗੱਲ ਬੁੱਢਿਆਂ ਲਈ ਕਰਦਾ, ਬੂੜਿਆਂ ਲਈ ਕਰਦਾ। ਇਸ ਬੱਚੇ ਦਾ ਨਾਂ ਹੀ ਪੈ ਗਿਆ ਬਾਬਾ ਬੁੱਢਾ, ਉਮਰ 7 ਵਰਿਆਂ ਦੀ, ਬਾਬਾ ਬੁੱਢਾ। ਨਹੀਂ ਤੇ 80-80 ਸਾਲ ਦੇ ਦੇਖੇ ਨੇ ਬਾਬੇ ਬੱਚੇ ਹੀ ਨੇ, ਬੱਚਿਆਂ ਲਈ ਗੱਲ ਕਰਦੇ ਨੇ। ਉਹ ਬਾਬਾ ਬੁੱਢਾ ਹੈ 7 ਵਰਿਆਂ ਦੀ ਉਮਰ। ਤੋ ਇਤਿਹਾਸ ਵਿੱਚ ਐਸੇ ਲੋਕ ਮੌਜੂਦ ਨੇ ਜੋ 5 ਵਰਿਆਂ ਦੀ ਉਮਰ ਵਿੱਚ ਭਗਤ ਬਣੇ, 7 ਵਰਿਆਂ ਦੀ ਉਮਰ ਵਿੱਚ ਪੂਰਨ ਬ੍ਰਹਮ ਗਿਆਨੀ ਬਣੇ, ਔਰ ਛੋਟੀ ਛੋਟੀ ਉਮਰ ਵਿੱਚ ਸ਼ਹੀਦ ਬਣੇ। ਸਭ ਤੋਂ ਵੱਡਾ ਉਦਾਹਰਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ, 4 ਸਾਹਿਬਜ਼ਾਦੇ ਤਿਫਲ ਨੇ। ਲੇਕਿਨ ਸ਼ਹਾਦਤ ਦੀ ਦੁਨੀਆਂ ਵਿੱਚ ਨਾਮ ਕਮਾਇਆ, ਸੱਚ ਦੀ ਖਾਤਰ ਸ਼ਹੀਦ ਹੋ ਗਏ, ਆਪਣੀ ਜਾਨ ਨਿਛਾਵਰ ਕਰ ਦਿੱਤੀ, ਕੁਰਬਾਨ ਕਰ ਦਿੱਤੀ। ਤੋ ਬੱਚੇ ਸ਼ਹੀਦ ਹੋਏ ਨੇ, ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ। ਇੱਕ ਖਲਾ ਮੌਜੂਦ ਸੀ ਕਿ ਬੱਚਾ ਕਦੀ ਗੁਰੂ ਨਹੀਂ ਹੋਇਆ ਸੀ, ਇਹਦੀ ਪੂਰਤੀ ਕਰ ਦਿੱਤੀ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ। ਆਪ ਸਿੰਘਾਸਣ ਤੇ ਬੈਠੇ ਔਰ ਜਗਤ ਦੇ ਸਾਹਮਣੇ ਜੋ ਸੰਦੇਸ਼ ਤੇ ਉਪਦੇਸ਼ ਦਿੱਤਾ, ਜਗਤ ਦੰਗ ਰਹਿ ਗਿਆ। ਇੱਕ ਗੁੰਗੇ ਦੇ ਸਿਰ ਤੇ ਛੱਟੀ ਰੱਖ ਕੇ ਉਸ ਤੋਂ ਗੀਤਾ ਦੇ ਅਰਥ ਕਰਾ ਲੈਣੇ, ਗੱਲ ਦੀ ਸਪਸ਼ਟੀ ਹੋ ਗਈ ਕਿ ਅੰਦਰ ਕਿਤਨੀ ਅਧਿਆਤਮਿਕ ਸ਼ਕਤੀ ਹੈ, ਰੂਹਾਨੀਅਤ ਦਾ ਗਿਆਨ ਹੈ, ਠਾਠਾ ਮਾਰਦਾ ਹੋਇਆ। ਤੇ ਇੱਥੇ ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। ਜਿਸ ਘਰ ਵਿੱਚ ਬੱਚੇ ਜਪਜੀ ਸਾਹਿਬ ਪੜ੍ਹਨ, ਬੱਚੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ, ਬੱਚੇ ਹੀ ਰਹਿਤ ਬਹਿਤ ਦੇ ਧਾਰਨੇ ਹੋਵਨ,
ਤਾਂ ਕਹਿਣਾ ਚਾਹੀਦਾ ਇਸ ਘਰ ਵਿੱਚ ਗੁਰੂ ਹਰਕ੍ਰਿਸ਼ਨ ਦੀ ਛਾਪ ਮੌਜੂਦ ਹੈ। ਉਮਰ ਦੀ ਗੱਲ ਨਹੀਂ, ਇੱਥੇ 84 ਸਾਲ ਦੇ ਬਿਰਧ ਬਾਬਾ ਗੁਰੂ ਅਮਰਦਾਸ, ਇੱਥੇ ਸਾਡੇ 5 ਵਰਿਆਂ ਦੇ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ। ਸਰੀਰਕ ਉਮਰ ਦੀ ਗੱਲ ਨਹੀਂ, ਇੱਥੇ ਤੇ ਅਕਲ ਦੀ ਗੱਲ ਹੈ। ਤੇ ਇਹ ਰੰਗ ਦਿੱਤਾ ਹੈ ਗੁਰੂ ਹਰਕ੍ਰਿਸ਼ਨ ਜੀ ਨੇ ਕਿ ਭਜਨ ਬੰਦਗੀ ਬਚਪਨ ਤੋਂ ਹੀ ਆਰੰਭ ਕਰਨੀ ਹੈ, ਔਰ ਜਿਸ ਥਾਂ ਤੇ ਆਰੰਭ ਹੋ ਜਾਏ ਸਮਝ ਲੈਣਾ ਚਾਹੀਦਾ ਉੱਥੇ 8ਵੇਂ ਗੁਰੂ ਨਾਨਕ ਦੀ ਦੇਣ ਮੌਜੂਦ ਹੈ। ਤਿਆਗ ਤੇ ਵੈਰਾਗ ਦਾ ਰੰਗ ਭਰਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਮਨੁੱਖ ਕਿਤਨਾ ਤਿਆਗੀ ਹੋ ਸਕਦਾ ਹੈ ਔਰ ਮਨੁੱਖ ਕਿਤਨਾ ਵੈਰਾਗੀ ਹੋ ਸਕਦਾ ਹੈ, ਇਸਦੀ ਚਰਮ ਸੀਮਾ ਪੇਸ਼ ਕਰ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ। ਆਪਦੇ ਕੋਲ ਸਭ ਕੁਛ ਹੈ, ਵੈਰਾਗ ਹੈ, ਗਿਆਨ ਹੈ, ਸ਼ੀਲ ਹੈ, ਸੰਜਮ ਹੈ, ਅਧਿਆਤਮਕ ਗੁਣ ਨੇ, ਰੂਹਾਨੀ ਸ਼ਕਤੀ ਹੈ, ਲੇਕਿਨ ਭੋਰ ਚ ਛੁਪੇ ਬੈਠੇ ਨੇ। ਸਭ ਕੁਛ ਨੂੰ ਛੁਪਾ ਕੇ ਰੱਖਿਆ। ਕਿੰਨਾ ਕੁ ਤਿਆਗ! ਮਨੁੱਖ ਛੋਟੀ ਛੋਟੀ ਘਟਨਾਵਾਂ ਦਾ ਬਹੁਤ ਵੱਡਾ ਪ੍ਰਗਟਾਵਾ ਕਰਦਾ। ਮਨੁੱਖ ਤਿਲ ਦਾ ਪਹਾੜ ਬਣਾਉਂਦਾ ਹੈ, ਪਰ ਕੋਈ ਪਹਾੜ ਨੂੰ ਹੀ ਛੁਪਾ ਕੇ ਬੈਠਾ ਹੈ ਤੇ ਪ੍ਰਗਟਾਵਾ ਨਹੀਂ ਪਿਆ ਕਰਦਾ। ਇਤਨਾ ਵੱਡਾ ਬੈਰਾਗ ਅੰਦਰ, ਅੱਜ ਜਦ ਕਿਸੇ ਨੇ ਪ੍ਰਗਟ ਕਰ ਦਿੱਤਾ ਹੈ, ਕਹਿ ਦਿੱਤਾ ਹੈ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਤਾਂ ਫਿਰ ਆਪਣੇ ਆਪ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ ਹੈ, ਕੁਰਬਾਨ ਕਰ ਦਿੱਤਾ ਹੈ ਸੱਚ ਦੇ ਉੱਪਰੋਂ। ਆਪਣੇ ਆਪ ਨੂੰ ਨਛਾਵਰ ਕੀਤਾ ਹੈ, ਕਮਜ਼ੋਰ ਦੀ ਬਾਂਹ ਪਕੜ ਕੇ, ਕਸ਼ਮੀਰ ਦੇ ਬ੍ਰਾਹਮਣਾਂ ਦੀ ਬਾਂਹ ਕਮਜ਼ੋਰ ਹੋ ਗਈ, ਪਕੜਨੀ ਸੀ ਔਰ ਪਕੜ ਕੇ ਮਜ਼ਬੂਤ ਕਰ ਦਿੱਤੀਆਂ। ਆਪਦੇ ਨਾਲ ਤੇ ਸ਼ਬਦ ਜੁੜ ਗਏ, ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੇ ਬਾਹਾਂ ਨਾ ਛੋੜੀਏ। ਤਿਆਗ ਤੇ ਵੈਰਾਗ ਦਾ ਰੰਗ ਭਰਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ, ਔਰ ਇੰਜ ਉਹ ਮੂਰਤੀ ਮੁਕੰਮਲ ਹੋ ਗਈ ਜਿਸਦੀ ਕਲਪਨਾ ਗੁਰੂ ਨਾਨਕ ਨੇ ਕੀਤੀ, ਜਿਸਦੇ ਤਰ੍ਹਾਂ ਤਰ੍ਹਾਂ ਦੇ ਰੰਗ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਰੇ। ਅਗਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਤਸਵੀਰ ਮੁਕੰਮਲ ਹੋ ਗਈ ਤਾਂ ਫਿਰ 10ਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੇਣ ਕੀ ਹੈ? ਉਹਨਾਂ ਨੇ ਕੀ ਦਿੱਤਾ? ਦਰਅਸਲ ਉਹਨਾਂ ਨੇ ਉਸ ਤਸਵੀਰ ਨੂੰ ਫਰੇਮ ਕੀਤਾ ਹੈ। ਮਰਿਆ ਜੜਿਆ ਕਿਵੇਂ ਮਰਿਆ, ਕਿਸ ਢੰਗ ਨਾਲ ਜੜਿਆ, ਇਹ ਵੀ ਇੱਕ ਕਲਾ ਹੈ। ਤਸਵੀਰ ਬਣਾ ਲੈਣੀ ਇੱਕ ਕਲਾ ਹੈ, ਤਸਵੀਰ ਨੂੰ ਮੜ ਲੈਣਾ ਇਹ ਵੀ ਇੱਕ ਕਲਾ ਹੈ। ਜੜਨ ਲਈ, ਮਰਨ ਲਈ ਖਾਸ ਕਰਕੇ ਇੱਕ ਚੌਖਟਾ ਲੱਕੜੀ ਦਾ ਔਰ ਇੱਕ ਸ਼ੀਸ਼ਾ ਚਾਹੀਦਾ ਹੈ, 5 ਚੀਜ਼ਾਂ ਤੇ ਚਾਹੀਦੀਆਂ ਹੀ ਨੇ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਤਸਵੀਰ ਨੂੰ 5 ਕਕਾਰਾਂ ਦੇ ਦਰਪਣ ਦੇ ਮੜ ਦਿੱਤਾ, ਜੜ ਦਿੱਤਾ, ਜਿਸ ਵਿੱਚ ਕੇਸ ਸ਼ੀਸ਼ੇ ਦੇ ਨਿਆਈ ਨੇ, ਬਾਕੀ ਕਕਾਰ ਚੌਖਟੇ ਦੇ ਨਿਆਈ ਨੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਫਰਮਾਨ, ਨਿਸ਼ਾਨੇ ਸਿੱਖੀ ਈ 5 ਹਰਫ ਕਾਫ, ਸਿੱਖੀ ਦੀ ਨਿਸ਼ਾਨੀਆਂ 5 ਕਾਫ ਦੇ ਹਰਫਾਂ ਵਿੱਚ ਬੰਦ ਨੇ, ਕੱਕਾ ਕਾਫ, ਨਿਸ਼ਾਨੇ ਸਿੱਖੀ ਈ 5 ਹਰਫ ਕਾਫ, ਕਿ ਹਰਗਿਜ਼ ਨਾ ਬਾਸ਼ਦ
ਹੀ ਪੰਜ ਮਾਫ ਕਲਾਕਾਰ ਦੋ ਕਾਛ ਕੰਗਾ ਬਿਨਾ ਬਿਨਾ ਕੇਸ ਹਸਤ ਇਹੀ ਜੁਮਲਾ ਨਿਸ਼ਾਂ। ਕੇਸਾਂ ਤੋਂ ਬਿਨਾ ਬਾਕੀ ਸਾਰੀਆਂ ਦੀ ਸਾਰੀਆਂ ਨਿਸ਼ਾਨੀਆਂ ਪ੍ਰਵਾਨ ਨੇ। ਇੱਕ ਚੌਕਟੇ ਵਿੱਚ ਤਸਵੀਰ ਨੂੰ ਮੜ ਗਈ ਹੈ ਪਰ ਉੱਪਰ ਸ਼ੀਸ਼ਾ ਨਹੀਂ ਤੋ ਕੀ ਮੜਿਆ ਹੈ। ਨਾ ਮਹਿਲ ਤੋਂ ਹਿਫਾਜ਼ਤ ਹੋਵੇਗੀ, ਨਾ ਪਾਣੀ ਤੋਂ, ਨਾ ਫੱਟਣ ਤੋਂ ਉਸਨੂੰ ਬਚਾਇਆ ਜਾ ਸਕੇਗਾ। ਇਸ ਵਾਸਤੇ ਕੇਸ ਉਸ ਤਸਵੀਰ ਦੇ ਲਈ ਦਰਪਣ ਨੇ ਸ਼ੀਸ਼ਾ ਹੈ। ਸ਼ੀਸ਼ਾ ਟੁੱਟ ਜਾਏ ਤਸਵੀਰ ਭੱਦੀ ਲੱਗਦੀ ਹੈ। ਕੇਸ ਕੱਟੇ ਨੇ ਸਿੱਖ ਭੱਦਾ ਲੱਗਦਾ ਹੈ, ਬੇਰੂਪੀਆ ਲੱਗਦਾ ਹੈ। ਕੇਸ ਦੈਵੀ ਸੁੰਦਰਤਾ ਹੈ ਔਰ ਪ੍ਰਭੂ ਦਾ ਦਿੱਤਾ ਹੋਇਆ ਸ਼ਿੰਗਾਰ ਹੈ। ਕਾਇਨਾਤ ਦੇ ਉੱਤੇ ਨਿਗਾਹ ਮਾਰੀਏ ਤਾਂ ਐਸਾ ਦਿਖਾਈ ਦਿੰਦਾ ਹੈ ਮਦੀਨ ਨਾਲੋਂ ਨਰ ਜ਼ਿਆਦਾ ਸ਼ਿੰਗਾਰਿਆ ਹੋਇਆ ਹੈ, ਜ਼ਿਆਦਾ ਖੂਬਸੂਰਤ ਹੈ। ਜਿਤਨਾ ਬਦਰ ਸ਼ੇਰ ਖੂਬਸੂਰਤ ਹੈ ਉਹਦੇ ਸਾਹਮਣੇ ਸ਼ੇਰ ਨੇ ਬਿਲਕੁਲ ਫਿੱਕੀ ਹੈ। ਸ਼ੇਰ ਦੇ ਗਰਦਨ ਦੇ ਵਾਲ, ਭਰਵੇਂ ਵਾਲ, ਰੋਬੀਲਾ ਚਿਹਰਾ, ਉਹਦੇ ਸਾਹਮਣੇ ਸ਼ੇਰਨੀ ਤਾਂ ਬਿਲਕੁਲ ਮਾਸੂਮ ਲੱਗਦੀ ਹੈ। ਕਾਦਰ ਕਰੀਮ ਨੇ ਨਰ ਨੂੰ ਵਿਸ਼ੇਸ਼ ਰੂਪ ਦੇ ਸਰੀਰਕ ਤੌਰ ਤੇ ਸ਼ਿੰਗਾਰਿਆ ਹੈ। ਪੁਰਸ਼ ਨੂੰ ਜੋ ਇਹ ਦਾਲਾ ਦਿੱਤਾ ਹੈ ਇਹ ਰੱਬ ਨੇ ਹੀ ਸ਼ਿੰਗਾਰ ਦਿੱਤਾ ਹੈ। ਇਹ ਪ੍ਰਮਾਤਮਾ ਦੇ ਦਿੱਤੇ ਹੋਏ ਗਹਿਣੇ ਨੇ ਪਰ ਦੇਖਦੇ ਹਾਂ ਅਸੀਂ ਕੋਈ ਮੋਰ ਤੇ ਇਹ ਨਹੀਂ ਆਖਦਾ ਕਿ ਮੇਰੇ ਪੰਖ ਤਰਾਸ਼ ਦਿਓ। ਕੋਈ ਸ਼ੇਰ ਇਹ ਨਹੀਂ ਆਖਦਾ ਮੇਰੀ ਗਰਦਨ ਦੇ ਵਾਲ ਕੱਟ ਦਿਓ। ਇੱਕ ਮਨੁੱਖ ਹੀ ਹੈ ਜੋ ਕਹਿੰਦਾ ਹੈ ਨਹੀਂ ਦਾੜੀ ਤਰਾਸ਼ਣੀ ਹੈ। ਇਸ ਨੂੰ ਕਹਿੰਦੇ ਨੇ ਵਿਪਰੀਤ ਦੀ ਕਸ਼ਿਸ਼। ਇਸਤਰੀ ਦੇ ਅੰਦਰ ਪੁਰਸ਼ ਹੋਣ ਦੀ ਕਸ਼ਿਸ਼ ਔਰ ਪੁਰਸ਼ ਦੇ ਅੰਦਰ ਨਾਰੀ ਹੋਣ ਦੀ ਕਸ਼ਿਸ਼ ਖਿੱਚ, ਉਸਦਾ ਇੱਕ ਕਾਰਨ ਹੈ ਕਿ ਪੁਰਸ਼ ਸਰੀਰਕ ਤੌਰ ਤੇ ਪੂਰਨ ਪੁਰਸ਼ ਹੈ ਲੇਕਿਨ ਇਸ ਵਿੱਚ ਕੁਝ ਨਾਰੀ ਦੇ ਕਣ ਵੀ ਨੇ। ਨਾਰੀ ਸਰੀਰਕ ਤੌਰ ਤੇ ਪੂਰਨ ਨਾਰੀ ਹੈ ਪਰ ਇਸ ਦੇ ਅੰਦਰ ਕੁਝ ਅਧੂਰਾ ਪੁਰਸ਼ ਵੀ ਬੈਠਾ ਹੋਇਆ ਹੈ। ਜੈਸੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਕੌਣ ਵਿਧੇ ਵਿਧ ਜਾਣੇ। ਵਿਧਾਤੇ ਦੀ ਇਸ ਵਿਧੀ ਨੂੰ ਕੌਣ ਜਾਣੇ ਕਿ ਪੁਰਸ਼ ਦੇ ਅੰਦਰ ਨਾਰੀ ਹੈ ਔਰ ਨਾਰੀ ਦੇ ਅੰਦਰ ਪੁਰਸ਼ ਹੈ ਤੇ ਵਿਪਰੀਤ ਦੀ ਕਸ਼ਿਸ਼ ਹੈ। ਪੁਰਸ਼ ਨਾਰੀ ਜੈਸਾ ਹੋਣਾ ਚਾਹੁੰਦਾ ਹੈ, ਤਰਸ ਦਿੰਦਾ ਦਾੜੀ ਲੇਕਿਨ ਦੋ ਚਾਰ ਦਿਨਾਂ ਬਾਅਦ ਫਿਰ ਪੈਦਾ ਆਉਂਦੀ ਹੈ, ਫਿਰ ਤਰਾਸ਼ਦਾ ਹੈ, ਫਿਰ ਉਗਦੀ ਹੈ, ਫਿਰ ਤਰਾਸ਼ਦਾ ਹੈ, ਫਿਰ ਉਗਦੀ ਹੈ ਔਰ ਤਰਾਸ਼ਣਾ ਬੰਦ ਕਰ ਦਈਏ ਤੇ ਇੱਕ ਥਾਂ ਤੇ ਰੁਕ ਜਾਂਦੀ ਹੈ। ਜੈਸੇ ਕਿ ਮੈਂ ਦੇਖਦਾ ਆਪਣਾ ਦਾੜਾ ਇਹ 10-20 ਸਾਲ ਤੋਂ ਇੱਥੇ ਦਾ ਇੱਥੇ ਰੁਕਿਆ ਹੈ, ਨਾ ਵੱਧਦਾ ਹੈ ਨਾ ਘਟਦਾ ਹੈ। ਪ੍ਰਕਿਰਤੀ ਇੱਕ ਸੀਮਾ ਤੱਕ ਹੀ ਇਹ ਸ਼ਿੰਗਾਰ ਦਿੰਦੀ ਹੈ ਲੇਕਿਨ ਜੋ ਕੱਟਦੇ ਨੇ ਉਹਨਾਂ ਦੇ ਤੇ ਅੰਤਿਮ ਸਮੇਂ ਤੱਕ ਇਹ ਵਾਧਾ ਜੋ ਹੈ ਰਹਿੰਦਾ ਹੈ। ਪ੍ਰਕਿਰਤੀ ਦੇ ਇਸ ਨਿਯਮ ਨੂੰ ਕਬੂਲ ਕਰਨਾ ਹੈ। ਪਰਮਾਤਮਾ ਦਾ ਦਿੱਤਾ ਹੋਇਆ ਇਹ ਸ਼ਿੰਗਾਰ ਹੈ। ਸਾਡੇ ਦੇਸ਼ ਦੇ ਤਮਾਮ ਰਿਸ਼ੀ ਮੁਨੀ ਕੇਸਾਧਾਰੀ ਸਨ। ਅੱਜ ਵੀ ਜਦ ਮੈਂ ਦੇਖਦਾ ਹਾਂ ਕਿ ਸਾਡੇ ਦੇਸ਼ ਵਿੱਚ ਰਾਮਲੀਲਾ ਸਟੇਜ ਤੇ ਪੇਸ਼ ਕੀਤੀ ਜਾਂਦੀ ਹੈ ਤੇ ਰਾਮ ਦਾ ਜੋੜਾ ਚਾਹੀਦਾ ਹੈ, ਵਿਸ਼ਵਾਮਿੱਤਰ ਜੀ ਦਾ ਦਾੜਾ ਵੀ ਚਾਹੀਦਾ ਹੈ, ਵਿਸ਼ਿਸ਼ਟ ਜੀ ਦਾ ਜੋੜਾ ਵੀ ਚਾਹੀਦਾ ਹੈ। ਬਾਜ਼ਾਰੋਂ ਖਰੀਦ ਕੇ ਲਿਆਇਆ ਜਾਂਦਾ ਹੈ। ਸਿੱਖ ਮਾਣ ਨਾਲ ਕਹਿ ਸਕਦਾ ਹੈ ਮੇਰੇ ਸਿਰ ਤੇ ਜੋੜਾ ਅਸਲੀ ਹੈ, ਮੇਰੇ ਮੁਖੜੇ ਤੇ ਦਾੜੀ ਅਸਲੀ ਹੈ, ਸਟੇਜ ਤੇ ਗਰਾਮ ਪੇਸ਼ ਕੀਤਾ ਗਿਆ ਜੋੜਾ ਵੀ ਨਕਲੀ।
ਔਰ ਵਿਸ਼ਵਾਮਿੱਤਰ ਦੀ ਦਾੜੀ ਵੀ ਨਕਲੀ। ਨਕਲੀ ਦਾੜੀ ਨੂੰ ਪੂਜਿਆ ਜਾ ਰਿਹਾ, ਨਕਲੀ ਜੂੜਿਆਂ ਨੂੰ ਮੱਥਾ ਟੇਕਿਆ ਜਾ ਰਿਹਾ। ਕਈ ਦਫਾ ਮੈਂ ਹੈਰਾਨ ਹੋਣਾ, ਅਸਲੀ ਜੂੜਿਆਂ ਨੂੰ ਕੱਟਣ ਦੀ ਸੋਚਦੇ ਨੇ, ਅਸਲੀ ਦਾੜੀਆਂ ਨੂੰ ਬਰਬਾਦ ਕਰਨ ਦੀ ਸੋਚਦੇ ਨੇ। ਜਦਕਿ ਸਿੱਖ ਭਾਰਤ ਦਾ ਪ੍ਰਾਚੀਨ ਰੂਪ ਹੈ, ਅਸਲੀ ਰੂਪ ਹੈ, ਜਾਂ ਇੰਝ ਕਹਿ ਲੋ ਇਸ ਦੇਸ਼ ਦਾ ਅਗਰ ਕੋਈ ਵਾਸੀ ਹੈ, ਭਾਰਤੀ ਹੈ, ਤਾਂ ਉਹ ਕੇਵਲ ਸਿੱਖ ਹੀ ਹੈ, ਜਿਸਨੇ ਭਾਰਤ ਦੀ ਸੰਸਕ੍ਰਿਤੀ ਨੂੰ, ਭਾਰਤ ਦੀ ਰੂਪ ਰੇਖਾ ਨੂੰ ਅੱਜ ਵੀ ਬਚਾ ਕੇ ਰੱਖਿਆ ਹੈ, ਸਮੂਹ ਦੇਸ਼ ਨੂੰ ਉਸ ਪ੍ਰਾਣੀ ਸੰਸਕ੍ਰਿਤੀ ਦੇ ਬਚਾਉਣ ਦੇ ਨਾਂ ਤੇ ਅਹਿਸਾਨਮੰਦ ਹੋਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਪੰਜ ਰਹਿਤਾਂ ਵਿੱਚ ਮਰ ਦਿੱਤਾ ਸਿੱਖ ਨੂੰ। ਕੇਸ ਇੱਕ ਹੋਰ ਵੀ ਵਿਸ਼ੇਸ਼ ਧਾਰਨਾ ਰੱਖਦੇ ਨੇ ਕਿ ਜਦ ਕੋਈ ਨਾਮ ਜਪਦਾ ਹੈ ਤੇ ਨਾਮ ਦੀ ਸ਼ਕਤੀ ਮਸਤਕ ਦੇ ਸੰਗ੍ਰਹਿ ਹੁੰਦੀ ਹੈ, ਇਹ ਮਸਤਕ ਦੇ ਕੇਸ ਉਸਦੀ ਰੱਖਿਆ ਕਰਦੇ ਨੇ। ਪ੍ਰਾਚੀਨ ਜੋਗੀ ਆਪਣੇ ਕੇਸਾਂ ਨੂੰ ਬਹੁਤ ਲੰਬਾ ਕਰਕੇ ਜਟਾਵਾਂ ਦਾ ਰੂਪ ਦੇ ਦਿੰਦੇ ਸਨ ਔਰ ਸਿਰ ਤੇ ਧਾਰਨ ਕਰਦੇ ਸਨ, ਤਾਂ ਕਿ ਰੂਹਾਨੀ ਸ਼ਕਤੀ ਔਰ ਉਹ ਰਸ ਕਾਫੀ ਲੰਬੇ ਸਮੇਂ ਤੱਕ ਬਣਿਆ ਰਹੇ। ਕੇਸ ਜਿੱਥੇ ਇੱਕ ਕੁਦਰਤੀ ਸ਼ਿੰਗਾਰ ਹੈ, ਰਿਸ਼ੀ ਮੁਨੀ ਦਾ ਰੂਪ ਹੈ, ਪੂਰਨ ਮਨੁੱਖ ਦਾ ਸ਼ਿੰਗਾਰ ਹੈ, ਇਹ ਸ਼ਿੰਗਾਰ ਉਲਝੇ ਨਾ, ਟੁੱਟੇ ਨਾ, ਖਰਾਬ ਨਾ ਹੋਵੇ, ਕੰਘਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਇਸ ਦੇ ਫੇਰਨ ਨਾਲ ਜਿੱਥੇ ਕੇਸ ਸੰਵਰਦੇ ਨੇ, ਸ਼ਿੰਗਾਰੇ ਜਾਂਦੇ ਨੇ, ਉੱਥੇ ਸਿਰ ਦੀ ਥੋੜੀ ਜਿਹੀ ਥਕਾਵਟ ਵੀ ਲੈ ਜਾਂਦੀ ਹੈ। ਇਹ ਸਿਰ ਦੀ ਇੱਕ ਤਰੀਕੇ ਦੇ ਨਾਲ ਐਕਸਰਸਾਈਜ਼ ਵੀ ਹੋ ਜਾਂਦੀ ਹੈ। ਹੌਲੇ ਹੌਲੇ ਕੰਘਾ ਫੇਰਿਆ ਜਾਏ ਤਾਂ ਸਿਰ ਤਰੋ ਤਾਜ਼ਾ ਹੋ ਜਾਂਦਾ ਹੈ, ਹਲਕਾ ਹੋ ਜਾਂਦਾ ਹੈ, ਔਰ ਕੇਸ ਜੋ ਉਲਝੇ ਹੋਣ ਉਹ ਸੁਲਝ ਜਾਂਦੇ ਨੇ। ਇਸ ਕੰਘੇ ਵਿੱਚ ਵੀ ਰਹਿਦੀ ਬਰਕਤਾਂ ਭਰੀਆਂ ਹੋਈਆਂ ਨੇ। ਬਾਕੀ ਜੋ ਕੁਛ ਅਸੀਂ ਪਹਿਨਦੇ ਹਾਂ ਉਹ ਸਭ ਜਿਸਮਾਨੀ ਹੈ, ਤਨ ਢੱਕਣ ਲਈ ਹੈ, ਪਰ ਦਸਤਾਰ ਸਿਰਫ ਤਨ ਢੱਕਣ ਲਈ ਨਹੀਂ, ਇਹ ਰੂਹਾਨੀ ਲਿਬਾਸ ਹੈ, ਇਹ ਧਾਰਮਿਕ ਲਿਬਾਸ ਹੈ। ਸਿਰ ਦੇ ਉੱਤੇ ਪੱਗ ਨਾ ਹੋਵੇ, ਪ੍ਰਾਚੀਨ ਜ਼ਮਾਨੇ ਤੋਂ ਬੇਇੱਜ਼ਤੀ ਦਾ ਚਿੰਨ ਮੰਨਿਆ ਗਿਆ। ਬੇਇੱਜ਼ਤੀ ਤੇ ਇੱਜ਼ਤ ਲੈ ਗਈ ਕਿਉਂਕਿ ਪੱਗ ਲੈ ਗਈ, ਪੱਗ ਤੇ ਇੱਜ਼ਤ, ਪੱਗ ਤੇ ਰੂਹਾਨੀ ਸ਼ਕਤੀ ਦਾ ਪ੍ਰਤੀਕ ਸੀ ਔਰ ਬੜੇ ਪ੍ਰਾਚੀਨ ਜ਼ਮਾਨੇ ਤੋਂ ਚਲੇ ਆ ਰਿਹਾ ਕਿ ਸਿਰ ਤੇ ਬਹੁਤ ਵੱਡੇ ਵੱਡੇ ਪੱਗੜ ਬੰਨ ਕੇ ਬ੍ਰਾਹਮਣ ਲੋਕ ਵੇਦਾਂ ਦਾ ਪਾਠ ਕਰਦੇ ਸਨ, ਤਾਂ ਕਿ ਪਾਠ ਦੀ ਸ਼ਕਤੀ ਮਸਤਕ ਵਿੱਚ ਬਣੀ ਰਹੇ। ਨੰਗੇ ਸਿਰ ਨਮਾਜ਼ ਪੜ੍ਹਨ ਦੀ ਇਸਲਾਮੀ ਜਗਤ ਵਿੱਚ ਇਜਾਜ਼ਤ ਨਹੀਂ ਹੈ। ਹੋਈ ਬਹੁ ਇਸੇ ਤਰੀਕੇ ਨਾਲ ਸਨਾਤਨ ਮਤ ਜੋ ਪੁਰਾਣਾ ਹੈ ਉਸਦੇ ਵਿੱਚ ਵੀ ਅਸੀਂ ਇਹੀ ਕੁਛ ਦੇਖਦੇ ਹਾਂ। ਸੁਦਾਮਾ ਗਿਆ ਆਪਣੀ ਮੁਫਲਸੀ ਮਿਟਾਉਣ ਲਈ ਦੁਆਰ ਤੇ ਖੜਾ ਹੋਇਆ ਤੇ ਦੁਆਰਪਾਲ ਨੂੰ ਕਹਿੰਦਾ ਜਾ ਕੇ ਅੰਦਰ ਕਹਿ ਕਿ ਤੁਹਾਡੇ ਮਿੱਤਰ ਔਰ ਗੁਰੂ ਭਾਈ ਆਏ ਨੇ। ਦੁਆਰਪਾਲ ਚੱਲ ਕੇ ਬੇਨਤੀ ਕਰਦਾ ਭਗਵਾਨ ਬਾਹਰ ਇੱਕ ਪੁਰਸ਼ ਆਇਆ, ਗੁਰੂ ਭਾਈ ਹੋਣ ਦਾ ਦਾਅਵਾ ਕਰਦਾ, ਆਪ ਦਾ ਬਾਲ ਸਿਖਾ ਮਿੱਤਰ ਹੋਣ ਦਾ ਦਾਅਵਾ ਕਰਦਾ, ਦੱਸ ਤੇ ਸਹੀ ਉਸਦੀ ਵੇਸ਼ ਭੂਸ਼ਾ ਕੀ ਹੈ, ਕਿਉਂ ਪੁੱਛਦੇ ਨੇ। ਉਸ ਜ਼ਮਾਨੇ ਵਿੱਚ ਸ਼ੂਦਰਾਂ ਦਾ ਆਪਣਾ ਪਹਿਰਾਵਾ ਸੀ, ਖੱਤਰੀਆਂ ਦਾ ਆਪਣਾ ਪਹਿਰਾਵਾ ਸੀ, ਬ੍ਰਾਹਮਣਾਂ ਦੀ ਆਪਣੀ ਵੇਸ਼ ਭੂਸ਼ਾ ਸੀ, ਵੈਸ਼ ਆਪਣੇ ਢੰਗ ਨਾਲ ਰਹਿੰਦੇ ਸਨ। ਇਸ ਵਾਸਤੇ ਸੁਤੇ ਸਿਰ ਪੁੱਛ ਲਿਆ ਕਿ ਵੇਸ਼ ਭੂਸ਼ਾ ਕੀ ਹੈ। ਦੁਆਰਪਾਲ ਹੱਥ ਜੋੜ ਕੇ ਕਹਿੰਦਾ ਹੈ, ਸੀਸ ਪਗਾਨਾ ਜਗਾ ਤਨ ਪੈ ਪ੍ਰਭ, ਜਾਣੇ ਕੇ ਆਏ
ਦੱਸੇ ਕਹੇ ਗਾਵਾਂ ਭਗਵਾਨ ਸਿਰ ਤੇ ਪੱਗ ਕੋਈ ਨੀ। 3000 ਸਾਲ ਪੁਰਾਣੀ ਗੱਲ ਤੇ ਪੱਗ ਦਾ ਜ਼ਿਕਰ ਕਵੀ ਨਰੋਤਮ ਆਪਣੇ ਢੰਗ ਨਾਲ ਬਿਆਨ ਪੇ ਕਰਦੇ ਨੇ। ਸੀਸ ਪਗਾ ਨਾ ਜਗਾ ਤਨ ਪੈ ਪ੍ਰਭ ਜਾਣੇ ਕੇ ਆਏ ਬਸੇ ਕਹੇ ਗਾਵਾਂ ਧੋਤੀ ਫਟੀ ਸੀ ਲਟੀ ਦੁਪੱਟੀ ਪੈਰ ਪਾਹਨ ਕੀ ਨਹੀਂ ਸਾਵਾਂ ਦੁਆਰ ਖੜੋ ਦਿਜ ਦੁਰਬਲ ਵੇਖ ਰਹੋ ਚਕ ਸੋ ਬਸਦਾ ਅਬਰਾਮਾ ਪੁੱਛਤ ਦੀਨ ਦਿਆਲ ਕੁਧਾਮ ਬਤਾਵਤ ਆਪਣੋ ਨਾਮ ਸੁਧਾਮਾ। ਖੜੇ ਹੋ ਗਏ ਕ੍ਰਿਸ਼ਨ। ਭਾਈ ਗੁਰਦਾਸ ਜੀ ਲਿਖਦੇ ਨੇ ਦੂਰੋਂ ਦੇਖ ਡੰਡਾਉਤ ਕਰ ਛੱਡ ਸਿੰਘਾਸਨ ਹਰ ਜੀ ਆਏ ਲੰਬੇ ਪੈ ਗਏ ਪਹਿਲੇ ਦੇ ਪ੍ਰਦਖਣਾ ਪੈਰੀ ਪੈ ਕੇ ਲੈ ਗਲ ਆਏ ਪ੍ਰਕਰਮਾ ਕੀਤੀ ਚਰਨਾ ਤੇ ਮੱਥਾ ਟੇਕ ਲਿਆ ਗਲਵਕੜੀ ਚ ਲਿਆ ਮੂਲ ਗੱਲ ਸਿੰਘਾਸਨ ਤੇ ਬਿਠਾਇਆ। ਲੰਕਾਈਏ ਨਾ ਰੁਕਮਣੀ ਨੂੰ ਆਵਾਜ਼ ਮਾਰੀ ਆਖਿਆ ਰੁਕਮਣੀ ਦਸਤਾਰ ਲਿਆ ਮੇਰੇ ਮਿੱਤਰ ਦੇ ਸਿਰ ਤੇ ਦਸਤਾਰ ਨਹੀਂ ਕਿ ਦੇਖਿਆ ਜਾਏ ਤੇ ਚੋਲਾ ਵੀ ਨਹੀਂ ਸੀ ਧੋਤੀ ਵੀ ਫਟੀ ਹੋਈ ਸੀ ਦੇਖਿਆ ਜਾਏ ਤੇ ਪੈਰਾਂ ਚ ਜੁੱਤੀ ਵੀ ਨਹੀਂ ਸੀ ਜੇਬ ਵਿੱਚ ਪੈਸਾ ਵੀ ਕੋਈ ਨਹੀਂ ਸੀ ਪਰ ਨਹੀਂ ਦ੍ਰਿਸ਼ਟੀ ਦਸਤਾਰ ਤੇ ਗਈ। ਧਾਰਮਿਕ ਪੁਰਸ਼ ਅਧਿਆਤਮਿਕ ਸਾਧਨਾ ਕਰਨ ਵਾਲਾ ਪੁਰਸ਼ ਤੇ ਸਿਰ ਤੇ ਪੱਗ ਨਹੀਂ ਆਪਣੇ ਦਸਤਾਰ ਬੰਨੀ। ਉਸ ਦਿਨ ਤੋਂ ਦਸਤਾਰ ਬੰਨਣ ਦੀ ਰਸਮ ਸੰਤਾਂ ਮਹਾਂਪੁਰਸ਼ਾਂ ਪਰਮ ਪੁਰਖਾਂ ਤੋਂ ਆਰੰਭ ਹੋਈ। ਖੁਸ਼ੀ ਦਾ ਦਿਨ ਜਦ ਕਿਸੇ ਬੱਚੇ ਦੇ ਸਿਰ ਤੇ ਦਸਤਾਰ ਸੰਵਾਰੀ ਜਾਏ। ਕੇਸ ਰੂਹਾਨੀ ਸ਼ਕਤੀ ਦੀ ਹਿਫਾਜ਼ਤ ਕਰਦੇ ਨੇ ਨਾਲੇ ਦਸਤਾਰ ਵੀ। ਘਰ ਦੇ ਕੁਛ ਹੋਵੇ ਤਾਂ ਤਾਲਿਆਂ ਤੇ ਸੇਫ ਦੀ ਲੋੜ ਪੈਂਦੀ ਏ। ਜਦ ਮਸਤਕ ਵਿੱਚ ਰੂਹਾਨੀ ਸ਼ਕਤੀ ਸੀ ਕੇਸ ਤੇ ਦਸਤਾਰ ਦੀ ਲੋੜ ਮਹਿਸੂਸ ਹੋਈ। ਜੈਸੇ ਜੈਸੇ ਲੋਕਾਂ ਦੇ ਸਿਰ ਖਾਲੀ ਹੋ ਗਏ ਦਸਤਾਰ ਵੀ ਗਈ ਕੇਸ ਵੀ ਗਈ। ਔਰ ਕੇਸਾਂ ਦੀ ਬੇਅਦਬੀ ਦਰਅਸਲ ਇਹ ਇੱਕ ਅਪਸ਼ਗਨ ਸੀ ਔਰ ਇਸ ਅਪਸ਼ਗਨ ਦੇ ਵਿੱਚ ਬਹੁਤ ਲੰਬੀ ਚੌੜੀ ਕਹਾਣੀ ਜਿਸਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ ਹੈ ਕਿ ਰਾਜੇ ਜਨਮੇਜੀ ਦੀ ਰਾਣੀ ਦਾ ਜਦ ਬ੍ਰਾਹਮਣਾਂ ਨੇ ਮਜ਼ਾਕ ਉਡਾਇਆ ਹੱਸ ਪਏ ਤਾਂ ਰਾਜੇ ਜਨਮੇਜੇ ਨੇ ਬ੍ਰਾਹਮਣਾਂ ਨੂੰ ਮਾਰਿਆ। ਪ੍ਰਥਮ ਬਾਂਧ ਕੇ ਸਭ ਕੇ ਮੂੰਡ ਮੁੜਾਏ ਦਸਮ ਗ੍ਰੰਥ ਪੁਨਰ ਇਹ ਡੁਆ ਸੀਸ ਤਾਂ ਕੇ ਲਗਾਏ ਪੁਨਰ ਤਪਤ ਕੇ ਕੀ ਰਖੇ ਮਦ ਡਾਰਿਓ ਇਮਮ ਸਭ ਬਿਪਰਾਨ ਕੋ ਜਾਰ ਮਾਰਿਓ। ਬਹੁਤੇ ਬ੍ਰਾਹਮਣ ਮਾਰ ਦਿੱਤੇ ਲੇਕਿਨ ਜੋ ਬਚ ਗਏ ਉਹਨਾਂ ਨੂੰ ਬੰਨ ਕੇ ਆਖਿਆ ਇਹਨਾਂ ਦੇ ਸਿਰ ਮੁੰਨ ਦਿਓ। ਬਸ ਇਹੀ ਸਦਾ ਇਹਨਾਂ ਦੇ ਕੋਲ ਆਈਂਦਾ ਲਈ ਰੂਹਾਨੀ ਸ਼ਕਤੀ ਕਦੀ ਸੰਗ੍ਰਹਿ ਹੀ ਨਾ ਹੋਵੇ। ਸਿਰ ਮੁੰਨ ਦਿੱਤੇ ਗਏ ਬ੍ਰਾਹਮਣ ਨੂੰ ਹੁਕਮ ਹੋ ਗਿਆ ਤੁਸੀਂ ਸਾਡੀ ਨਗਰੀ ਤੇ ਰਾਜਧਾਨੀ ਚੋਂ ਵੀ ਨਿਕਲ ਜਾਓ। ਦੂਰ ਦੂਰ ਚਲੇ ਗਏ। ਸਿਰ ਤੇ ਕੇਸ ਜਦ ਨਾ ਦੇਖੇ ਲੋਕਾਂ ਨੇ ਪੁੱਛਿਆ ਤੁਸੀਂ ਕੌਣ ਬ੍ਰਾਹਮਣ ਹਾਂ ਤੇ ਜੇ ਬ੍ਰਾਹਮਣ ਹੋ ਤੇ ਤੁਹਾਡਾ ਜੋੜਾ ਤੁਹਾਡੀਆਂ ਜਟਾਵਾਂ ਤੁਹਾਡੀ ਸਿਖਾ ਤੁਹਾਡੇ ਕੇਸ। ਦਰਅਸਲ ਸਾਡੀ ਮਾਂ ਮਰ ਗਈ ਹੈ ਕਿਸੇ ਨੇ ਕਿਹਾ ਸਾਡਾ ਪਿਤਾ ਮਰ ਗਿਆ ਹੈ ਤੋ ਵੈਦਿਕ ਰੀਤੀ ਦੇ ਮੁਤਾਬਕ ਮੁੰਡਨ ਕਰਾਇਆ ਹੈ। ਹੁਣ ਵੀ ਅਸੀਂ ਦੇਖਦੇ ਹਾਂ ਬਾਜ਼ਾਰ ਵਿੱਚ ਜੋ ਬਿਲਕੁਲ ਰੋਡ ਮੋਡ ਕਰਕੇ ਆਇਆ ਹੋਵੇ ਤਾਂ ਸਮਝ ਲਈਦਾ ਹੈ ਜਾਂ ਤੇ ਪਿਓ ਗੁਜ਼ਰ ਗਿਆ ਹੈ ਜਾਂ ਮਾਂ ਗੁਜ਼ਰ ਗਈ ਹੈ। ਕੇਸਾਂ ਦਾ ਸਿਰ ਤੇ ਨਾ ਹੋਣਾ ਮਾਂ ਮਰੇ ਦੀ ਨਿਸ਼ਾਨੀ ਪਿਓ ਮਰੇ ਦੀ ਨਿਸ਼ਾਨੀ
ਹੁਣ ਤੇ ਅਰਬਾਂ ਖਰਬਾਂ ਲੋਕਾਂ ਨੇ ਬਸ ਆਪਣੇ ਮਾਂ ਬਾਪ ਮਾਰ ਹੀ ਦਿੱਤੇ ਨੇ। ਇੱਥੇ ਪ੍ਰਤੀਕ ਸੀ ਕਿ ਮੇਰੇ ਸਰਪ੍ਰਸਤ ਮੌਜੂਦ ਨੇ, ਮੇਰੇ ਵਾਲਦੇਨ ਮੌਜੂਦ ਨੇ। ਜਿਹੜੀ ਸਜ਼ਾ ਜਨਮੇਜੇ ਨੇ ਬ੍ਰਾਹਮਣਾਂ ਨੂੰ ਦਿੱਤੀ, ਬ੍ਰਾਹਮਣਾਂ ਨੇ ਸਾਰੇ ਦੇਸ਼ ਨੂੰ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸਦਾ ਜ਼ਿਕਰ ਕਰ ਦਿੱਤਾ ਔਰ ਆਖਿਆ, ਨਹੀਂ ਸਿੱਖ ਤੂੰ ਕੇਸ ਰੱਖਣੇ ਨੇ। ਕੜਾ ਅਕਸਰ ਕਿਸੇ ਵੀ ਕੰਮ ਨੂੰ ਹੱਥ ਪਾਉਣਾ ਹੈ ਤਾਂ ਸੱਜਾ ਹੱਥ ਅੱਗੇ ਜਾਂਦਾ ਹੈ, ਕੜਾ ਪਵਾ ਦਿੱਤਾ, ਇਹ ਗਲਤ ਕੰਮ ਦੇ ਹੱਥ ਨਹੀਂ ਪੈਣਾ ਚਾਹੀਦਾ। ਤੇਰਾ ਕੰਮ ਸਹੀ ਕੰਮ ਕਰੇ। ਤਾਂਤਰਿਕ ਔਰ ਤਰ੍ਹਾਂ ਤਰ੍ਹਾਂ ਦਾ ਹੋਰ ਕਾਲਾ ਇਲਮ ਜੋ ਬੜੇ ਪ੍ਰਾਚੀਨ ਜ਼ਮਾਨੇ ਤੋਂ ਸਾਡੇ ਦੇਸ਼ ਵਿੱਚ ਪ੍ਰਚਲਿਤ ਹੈ ਔਰ ਹੁਣ ਵੀ ਹੈ, ਲੋਹੇ ਦੀ ਚੀਜ਼ ਹੱਥ ਵਿੱਚ ਧਾਰਨ ਕੀਤੀ ਹੋਵੇ ਅਸਰ ਅੰਦਾਜ਼ ਨਹੀਂ ਆਉਂਦੀ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਸ਼ੁਭ ਕਰਮਾਂ ਤੋਂ ਬਚਾਉਣ ਲਈ ਔਰ ਕਾਲੇ ਇਲਮ ਜਾਦੂ ਟੂਣਿਆਂ ਤੋਂ ਰਖਵਾ ਕਰਨ ਲਈ ਇਹ ਸੌਗਾਤ ਦਿੱਤੀ, ਇਹ ਬਖਸ਼ਿਸ਼ ਦਿੱਤੀ। ਕਛਹਿਰਾ ਦੇਹੀ ਦਾ ਪਰਦਾ ਹੈ ਔਰ ਅੱਜ ਕਿਸੇ ਨਾ ਕਿਸੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਸ ਦੇਣ ਨੂੰ ਸਾਰੀ ਦੁਨੀਆਂ ਨੇ ਅਪਣਾ ਲਿਆ। ਕਿਰਪਾਨ ਵੀਰ ਰਸ ਦਾ ਪ੍ਰਤੀਕ ਹੈ। ਜਦ ਕੋਈ ਐਸਾ ਪ੍ਰਸ਼ਨ ਕਰਦਾ ਹੈ, ਕੋਈ ਹਾਈਡਰੋਜਨ ਬੰਬ ਐਟਮ ਬੰਬ ਦੇ ਜ਼ਮਾਨੇ 'ਚ ਇਹ 6 ਇੰਚ ਤੇ 9 ਇੰਚ ਦੀ ਕਿਰਪਾਨ ਕਿਵੇਂ ਰੱਖਦੀ ਹੈ, ਇੱਕੋ ਹੀ ਜਵਾਬ ਹੈ, ਇਹ ਮਾਰਨ ਲਈ ਨਹੀਂ ਪੈਣੀ, ਅੰਦਰ ਵੀਰ ਰਸ ਬਣਿਆ ਰਹੇ ਇਸ ਲਈ ਪਹਿਨ ਕੇ ਰੱਖੀ। ਤਨ ਦੇ ਉੱਤੇ ਜਿਸ ਰੰਗ ਦੇ ਕੱਪੜੇ ਹੋਣ, ਕੱਪੜਿਆਂ ਦਾ ਪ੍ਰਭਾਵ ਵੀ ਔਰ ਰੰਗ ਦਾ ਪ੍ਰਭਾਵ ਵੀ ਮਨ ਤੇ ਪੈਂਦਾ ਹੈ। ਤੇ ਜੇ ਰੰਗ ਦਾ ਅਸਰ ਮਨ ਤੇ ਪੈਂਦਾ ਹੈ, ਕੱਪੜਿਆਂ ਦਾ ਅਸਰ ਮਨ ਤੇ ਪੈਂਦਾ ਹੈ, ਤੇ ਜੋ ਕਿਰਪਾਨ ਧਾਰਨ ਕੀਤੀ ਹੋਈ ਹੈ ਇਸਦਾ ਕੋਈ ਅਸਰ ਨਹੀਂ। ਸੂਖਸ਼ਮ ਰੂਪ ਵਿੱਚ ਉਸਦਾ ਵੀ ਅਸਰ ਹੈ, ਵੀਰ ਰਸ। ਅੰਦਰ ਵੀਰ ਰਸ ਬਣਿਆ ਹੋਵੇ ਤਾਂ ਮਨੁੱਖ ਕਿਸੇ ਵਕਤ ਕਿਸੇ ਵੀ ਚੀਜ਼ ਨਾਲ ਆਪਣੀ ਹਿਫਾਜ਼ਤ ਕਰ ਸਕਦਾ ਹੈ, ਆਪਣੀ ਕੌਮ ਦੀ ਰੱਖਿਆ ਕਰ ਸਕਦਾ ਹੈ, ਆਪਣੀ ਧਨ ਸੰਪਦਾ ਨੂੰ ਜਹਿ ਬਚਾ ਸਕਦਾ ਹੈ। ਪਰ ਅੰਦਰ ਵੀਰ ਰਸ ਹੀ ਨਹੀਂ, ਮਾਲਾ ਸ਼ਾਂਤ ਰਸ, ਰੂਹਾਨੀ ਰਸ ਦਾ ਪ੍ਰਤੀਕ ਹੈ। ਸ਼ਸਤਰ ਵੀਰ ਰਸ ਦਾ ਪ੍ਰਤੀਕ ਹੈ। ਸ਼ਾਂਤੀ ਤੇ ਕ੍ਰਾਂਤੀ ਨੂੰ ਇਸ ਤਰੀਕੇ ਨਾਲ ਸਮਿਲਿਤ ਕੀਤਾ ਹੈ, ਇਕੱਠਾ ਕੀਤਾ ਹੈ, ਕਿਰਪਾਨ ਦਿੱਤੀ। ਕੇਸ ਕੁਦਰਤੀ, ਕਿਰਪਾਨ ਵੀਰ ਰਸ ਦਾ ਪ੍ਰਤੀਕ, ਕੜਾ ਅਸ਼ੁਭ ਕਰਮਾਂ ਤੋਂ ਸੁਰਕਸ਼ਾ ਔਰ ਕਛਹਿਰਾ ਪਰਦਾ। ਸਾਫ ਕਹਿ ਦਿੱਤਾ ਕਿ ਉਹੀ ਪੂਰਨ ਮੇਰਾ ਸਿੱਖ ਹੈ ਜੋ ਇਹਨਾਂ ਪੰਜਾਂ ਕਕਾਰਾਂ ਦਾ ਧਾਰਨੀ ਹੋਵੇ। ਵਿਸਾਖੀ ਵਾਲੇ ਦਿਨ ਮਿਆਨ ਚੋਂ ਤਲਵਾਰ ਕੱਢ ਕੇ ਇਹ ਕਕਾਰ ਇਹ ਸਿੱਖੀ ਦੀ ਦੇਣ ਮੁਫਤ ਨਹੀਂ ਦਿੱਤੇ ਹੈ, ਮੈਂ ਮੁਫਤ ਵਿੱਚ ਫਰੇਮ ਨਹੀਂ ਜੜਿਆ, ਮੁਆਵਜ਼ਾ ਮੰਗਿਆ, ਆਖਿਆ ਸੀਸ ਚਾਹੀਦਾ ਹੈ ਔਰ ਸੀਸ ਵੀ 5 ਚਾਹੀਦੇ ਨੇ। ਜਿਹੜੇ ਤਿਆਰ ਹੋਏ ਉਹਨਾਂ ਨੂੰ ਮੜ ਦਿੱਤਾ ਗਿਆ ਔਰ ਮੜਿਆ ਵੀ ਉਹਨਾਂ ਨੂੰ ਗਿਆ ਜੋ ਵਾਕਈ ਕਿਸੇ ਹੱਦ ਤੱਕ ਪੂਰਨ ਹੋ ਗਏ ਸਨ, ਬਾਕੀ ਤੇ ਬੱਜ ਗਏ, ਨਸ ਗਏ। 4 ਕੁਰੈਤਾਂ ਵੀ ਨਾਲ ਦੱਸੀਆਂ, ਜਗਤ ਝੂਠ, ਧੂਮਰਪਾਨ, ਤਮਾਕੂ। ਇਹ ਤੇ ਮਹਾਨ ਬਚਪਨਾ ਹੈ ਕਿ ਧੂੰਆਂ ਮੂੰਹ ਵਿੱਚ ਪਾਓ ਕੱਢੋ, ਪਾਓ ਤੇ ਕੱਢੋ, ਹੱਦ ਹੋ ਗਈ ਇਤਨਾ ਬਚਕਾਨਾ ਸਿਲਸਿਲਾ। ਔਰ ਅੱਜ ਤਮਾਮ ਦੁਨੀਆਂ ਦੇ ਸਿਆਣਿਆਂ ਨੇ ਦਾਅਵੇ ਨਾਲ ਕਹਿ ਦਿੱਤਾ ਹੈ ਕਿ 99% ਕੈਂਸਰ ਤਮਾਕੂ ਕਰਕੇ, ਖਾਸ ਕਰਕੇ ਗਲੇ ਦਾ ਕੈਂਸਰ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੂਰ ਦੀ ਸੋਚਣੀ, ਇਹ ਬੱਜਰ ਕੁਰੈਤ ਹੈ
ਤਮਾਕੂ ਦਾ ਪੀਣਾ ਦੂਸਰੀ ਬੱਜਰ ਕੁਰੈਤ ਹੈ, ਪਰ ਇਸਤਰੀ ਤੇ ਪਰ ਪੁਰਸ਼ ਦਾ ਸੰਗ। ਤੀਸਰਾ ਹੈ ਕੁੱਠਾ ਖਾਣਾ, ਤੜਪਾ ਤੜਪਾ ਕੇ ਜਿਸ ਜਾਨਵਰ ਨੂੰ ਮਾਰਨਾ ਹੈ ਉਸਨੂੰ ਕਹਿੰਦੇ ਨੇ ਕੋਹ ਕੇ ਮਾਰਨਾ, ਕੁੱਠਾ। ਇਸਦੇ ਲਈ ਮਮਾਨੀਅਤ ਕਰ ਦਿੱਤੀ, ਆਖਿਆ ਨਹੀਂ ਇਸਦੇ ਨੇੜੇ ਨਹੀਂ ਜਾਣਾ, ਭੁੱਲ ਕੇ ਵੀ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਬੱਜਰ ਕੁਰੈਤਾਂ ਇਹ ਚਾਰ, ਪੰਜ ਰਹਿਤਾਂ ਇਹ ਪ੍ਰਦਾਨ ਕਰਕੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਹਿ ਦਿੱਤਾ, ਹੁਣ ਤੂੰ ਗੁਰੂ ਦਾ ਹੀ ਰੂਪ ਹੈ, ਹੁਣ ਤੂੰ ਮੇਰਾ ਹੀ ਰੂਪ ਹੈ। ਹਜ਼ੂਰ ਸਾਹਿਬ ਦੇ ਜਦ ਜੋਤੀ ਜੋਤ ਸਮਾਣ ਲੱਗੇ ਤੇ ਸਿੱਖਾਂ ਨੇ ਬੇਨਤੀ ਕੀਤੀ, ਦਾਤਾ ਸਾਨੂੰ ਕਿਸ ਦੇ ਲੜਲਾ ਚੱਲਿਆ, ਸਾਡੀ ਰਹਿਬਰੀ ਕੌਣ ਕਰੇਗਾ? ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਡੀ ਰਹਿਬਰੀ ਕਰਨਗੇ, ਪਰ ਜੇ ਸਾਡਾ ਕਦੀ ਚਿੱਤ ਕਰੇ ਤੁਹਾਡਾ ਤਨ ਵੇਖਣਾ, ਤੁਹਾਡੀ ਕਾਇਆ ਵੇਖਣੀ ਹੈ, ਤੁਹਾਡੀ ਦੇਹੀ ਦੇ ਦਰਸ਼ਨ ਕਰਨੇ ਨੇ, ਤੂੰ ਕਿਸ ਤਰ੍ਹਾਂ ਕਰਾਂਗੇ? ਸਤਿਗੁਰਦੇਵ ਜੀ ਮਹਾਰਾਜ ਦੇ ਬਚਨ ਜੋ ਸਰਬ ਲੋਕ ਗ੍ਰੰਥ ਦੇ ਦਰਜ ਨੇ, ਸਿੱਖ ਸੋ ਰਹਿਤ ਪੰਚ ਜੋ ਮਿਲੇ, ਮਮ ਸਰੂਪ ਸੋ ਜਾਣੋ ਭਲੇ, ਸਿੱਖ ਪੰਚੋ ਮੇ ਮੇਰੋ ਵਾਸਾ, ਪੂਰਨ ਕਰੋ ਧਰੋ ਜੈ ਆਸਾ। ਪੰਜ ਰਹਿਤ ਵਾਣੀਏ ਸਿੱਖ ਜੇ ਕਿਧਰੇ ਮਿਲ ਜਾਣ, ਜਿਨ੍ਹਾਂ ਦੀ ਰਸਨਾ ਦੇ ਉੱਤੇ ਮੂਲ ਮੰਤਰ ਦਾ ਜਾਪ ਹੋਵੇ, ਜਿਨ੍ਹਾਂ ਦੇ ਹਿਰਦੇ ਵਿੱਚ ਪੰਜ ਬਾਣੀਆਂ ਦਾ ਪਾਠ ਹੋਵੇ, ਜਿਨ੍ਹਾਂ ਦੇ ਤਨ ਦੇ ਉੱਤੇ ਪੰਜ ਕਕਾਰ ਧਾਰਨ ਹੋਵਣ, ਇਸ ਤਰ੍ਹਾਂ ਦੇ ਪੰਜ ਜੇ ਕਿਧਰੇ ਮਿਲ ਜਾਣ, ਤੋ ਸਮਝ ਲਈ ਮੈਂ ਹੀ ਮਿਲੇ ਹਾਂ, ਮੇਰੇ ਹੀ ਦਰਸ਼ਨ। ਮੈਂ ਕਾਇਆ ਕਰਕੇ ਪੰਥ ਦੇ ਛਾਂ, ਮੈਂ ਆਤਮਾ ਕਰਕੇ ਗ੍ਰੰਥ ਦੇ ਛਾਂ। ਗੁਰੂ ਪੰਥ ਗੁਰੂ ਗ੍ਰੰਥ ਇੰਝ ਕਹਿ ਲਓ, ਕਾਇਆ ਵੀ ਸਾਡੇ ਵਿੱਚ ਗੁਰੂ ਹੈ, ਗੁਰੂ ਪੰਥ ਹੀ ਗੁਰੂ ਹੈ, ਔਰ ਆਤਮਾ ਵੀ ਸਾਡੇ ਵਿੱਚ ਗੁਰੂ ਹੈ, ਵਿਚਾਰ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਔਰ ਫਿਰ ਕਿਤਨਾ ਵੱਡਾ ਮਾਣ ਦੇ ਦਿੱਤਾ, ਆਖਿਆ ਐ ਖਾਲਸਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਤੋ ਮੋਸੇ ਗਰੀਬ ਕਰੋੜ ਪਰੇ ਹੈ। ਇਤਿਹਾਸ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਨੂੰ ਸਜਾਇਆ, ਪਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਹੀਂ ਮੈਨੂੰ ਖਾਲਸੇ ਨੇ ਸਜਾਇਆ। ਦੋਵੇਂ ਗੱਲਾਂ ਠੀਕ ਨੇ, ਇਤਿਹਾਸ ਵੀ ਠੀਕ ਹੈ, ਸਤਿਗੁਰੂ ਦਾ ਕਹਿਣਾ ਵੀ ਠੀਕ ਹੈ। ਇਤਿਹਾਸ ਤੇ ਇਸ ਵਾਸਤੇ ਠੀਕ ਹੈ ਕਿ ਵਾਕਈ ਇਹ ਹਾਰ ਸ਼ਿੰਗਾਰ ਇਹ ਸਜਾਵਟ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ, ਸੰਵਾਰ ਦਿੱਤਾ, ਸ਼ਿੰਗਾਰ ਦਿੱਤਾ, ਫਰੇਮ ਕਰ ਦਿੱਤਾ। ਲੇਕਿਨ ਇਹ ਕਿਉਂ ਆਖਿਆ ਇਹਨੇ ਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਤੋ ਮੋਸੇ ਗਰੀਬ ਕਰੋੜ ਪਰੇ ਹੈ। ਜਦ ਕੋਈ ਬੱਚਾ ਖੁਸ਼ ਪੋਸ਼ ਹੋਵੇ, ਖੁਸ਼ ਇਖਲਾਕ ਹੋਵੇ, ਖੁਸ਼ ਮਿਜ਼ਾਜ ਹੋਵੇ, ਆਲਾ ਤਬੀਅਤ ਦਾ ਮਾਲਕ ਹੋਵੇ, ਉਹਨੂੰ ਵੇਖ ਕੇ ਲੋਕੀ ਕਹਿੰਦੇ ਨੇ ਧਨ ਹੈ ਇਸਦੀ ਮਾਂ, ਧਨ ਹੈ ਇਸਦਾ ਪਿਤਾ। ਭਾਵੇਂ ਪਿਓ ਨੂੰ ਕਿਸੇ ਨੇ ਵੇਖਿਆ ਨਹੀਂ, ਮਾਂ ਨੂੰ ਕਿਸੇ ਨੇ ਵੇਖਿਆ ਨਹੀਂ, ਪਰ ਬੱਚੇ ਦੀ ਮਹਾਨਤਾ ਵੇਖ ਕੇ ਧਨ ਧਨ ਕਰੀ ਜਾ ਰਹੇ ਨੇ ਮਾਂ ਨੂੰ। ਉਪਮਾ ਹੋ ਰਹੀ ਹੈ ਪਿਤਾ ਦੀ। ਸਤਿਗੁਰ ਇੱਥੇ ਜੋ ਕਹਿ ਰਹੇ ਨੇ ਉਸਦਾ ਭਾਵ ਵੀ ਇਹ ਹੀ ਹੈ, ਐ ਸਿੱਖ ਤੂੰ ਇਤਨਾ ਮਹਾਨ ਹੋ ਗਿਆ, ਐ ਖਾਲਸਾ ਤੂੰ ਇਤਨਾ ਪਾਵਨ ਹੋ ਗਿਆ, ਇਤਨਾ ਪਰਉਪਕਾਰੀ ਹੋ ਗਿਆ ਕਿ ਤੈਨੂੰ ਜਦ ਜਗਤ ਵੇਖਦਾ ਹੈ ਤੂੰ ਕਹਿੰਦਾ ਹੈ ਜੇ ਸਿੱਖ ਇਤਨਾ ਮਹਾਨ ਹੈ ਤਾਂ ਇਹਨਾਂ ਦਾ ਗੁਰੂ ਕਿਤਨਾ ਮਹਾਨ ਹੋਵੇਗਾ, ਇਹਨਾਂ ਨੂੰ ਸਾਜਣ ਵਾਲਾ ਕਿਤਨਾ ਮਹਾਨ ਹੋਵੇਗਾ। ਐ ਸਿੱਖ ਤੂੰ ਮੈਨੂੰ ਸ਼ਿੰਗਾਰ ਦਿੱਤਾ ਹੈ, ਐ ਸਿੱਖ ਤੂੰ ਮੈਨੂੰ ਸੰਵਾਰ ਦਿੱਤਾ ਹੈ,
इन्हीं की कृपा के सजे हम हैं, नहीं तो मोह से गरीब करोड़ परे हैं। ते कोई आखे नहीं कि सदगुरु ऐवे हैं गल बढ़ा के कर रहे ने या अति उपमा अलंकार वर्त रहे ने, तो सदगुरु कहने नहीं, या में रंच न मिथ्या भाखी पार ब्रह्म गुरु नानक साखी। मैं पार ब्रह्म गुरु नानक नु साखी करके कह रहे हैं, तू मेरा रूप मैं तेरा रूप। एक पूर्ण पुरख दा खाका चित्रिया सी गुरु नानक नु, और उस चित्रे हुए खाके विच गुरु नानक दे बाकी स्वरूपा ने रंग भरिया, आखरी स्वरूप ने उसनु प्रेम कीता, आपने खुद भी सजदा कीता, फरिश्तिया ने सजदा कीता, गैबी शक्तियां ने सजदा कीता, और ब्रह्मंड देखों जय जयकार हुई, पुष्प वर्षा हुई। उस साजी हुई मूर्ति दा ना ही खालसा है, जो बड़ी मेहनत तो बाद तामीर होया, जिसनु उसारन लगया, बनान लगया, सवारन ते शिंगारन लगया, 250 साल लगे, और एक जोत नु बार बार 10 जामे धारण करने पे पाया तकमील तक ले गए उस मूर्ति नु, जिसका नाम खालसा है, जिसका नाम सिख है। धनता दे योग ने ओ पुत्र ओ खालसा, जो अपने मां बाप की दित्ती हुई सौगात नु संभाल के रखन और हिफाजत नाल रखन, गुरु दी इसी की प्रसन्नता, इसी दी बख्शिश।